ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਮੀਡੀਆ ਦਾ ਕੰਮ ਸਿਰਫ ਜਾਣਕਾਰੀ ਦੇਣਾ ਨਹੀਂ ਹੁੰਦਾ, ਨਾ ਹੀ ਇੰਟਰਟੇਨਮੈਂਟ ਜਿਹੜੀ ਹੈ ਮਨੋਰੰਜਨ ਕਰਨਾ ਹੁੰਦਾ, ਨਾ ਹੀ ਸਿਰਫ ਸੇ ਸਟੋਰੀਜ ਦੇਣਾ ਹੁੰਦਾ। ਸੇ ਸਟੋਰੀਜ ਹੁੰਦੀਆਂ ਨੇ ਕਿ ਮੋਦੀ ਸਾਹਿਬ ਨੇ ਕੀ ਕਿਹਾ, ਕੇਜਰੀਵਾਲ ਨੇ ਕੀ ਕਿਹਾ, ਭਗਵੰਤ ਮਾਨ ਨੇ ਕੀ ਕਿਹਾ। ਇਸ ਤੋਂ ਇਲਾਵਾ ਵੀ ਇੱਕ ਵੱਡਾ ਕੰਮ ਹੁੰਦਾ, ਉਹ ਹੁੰਦਾ ਸਰਕਾਰਾਂ ਨੂੰ ਸੁਚੇਤ ਕਰਨਾ, ਚੇਤਾਵਨੀ ਦੇਣੀ, ਭਾਈ ਕਿਤੇ ਦੇਖਿਓ ਗੜਬੜ ਨਾ ਹੋ ਜੇ। ਇਹ ਪਹਿਲੀ ਖਬਰ ਲਵਾਂਗਾ। ਕਿਹੜੀ ਖਬਰ ਇਹ ਬਣਦੀ? ਇਹ ਬਣਦੀ ਹੈ ਪੰਜਾਬ ਸਿਰ ਜਿਹੜਾ ਕਰਜ਼ਾ ਚੜ ਰਿਹਾ, ਲਗਾਤਾਰ ਵੱਧ ਰਿਹਾ, ਉਹਦੇ ਬਾਰੇ ਜਿਹੜਾ ਕੇਂਦਰੀ ਮੰਤਰੀ ਬਿਜਲੀ ਦਾ ਮੰਤਰੀ ਆ ਆਰ ਕੇ ਸਿੰਘ, ਉਹਨੇ ਕਿਹਾ ਕਿ ਸੂਬੇ ਦੀ ਜਿਹੜੀ ਹਾਲਤ ਹੈ ਨਾ ਆਰਥਿਕ ਹਾਲਤ, ਬਹੁਤ ਗੰਭੀਰ ਹੋ ਰਹੀ ਹੈ। ਇਹਦੇ ਬਾਰੇ ਆਪਾਂ ਚਰਚਾ ਕਰਾਂਗੇ, ਮਤਲਬ ਕਿ ਪਹਿਲੀ ਵੱਡੀ ਖਬਰ ਅੱਜ ਆਪਾਂ ਇਹ ਬਣਾਵਾਂਗੇ। ਦੂਜੀ ਖਬਰ ਦੇ ਵਿੱਚ ਆਪਾਂ ਜਾਵਾਂਗੇ ਜੋ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੱਲ ਭੁੱਖ ਹੜਤਾਲ ਕੀਤੀ ਗਈ, ਕਈ ਥਾਵਾਂ ਤੇ ਕੀਤੀ ਗਈ, ਪੰਜਾਬ ਚ ਵੀ ਕਈ ਥਾਵਾਂ ਤੇ, ਦਿੱਲੀ ਚ ਵੀ ਹੋਈ, ਖਟਕੜ ਕਲਾਂ ਚ ਭਗਵੰਤ ਮਾਨ ਸਾਹਿਬ ਗਏ, ਭੰਗ ਕੇ ਆਮ ਲੋਕਾਂ ਨੂੰ ਉੱਥੇ ਨਹੀਂ ਸਮਾਰਕ ਤੇ ਜਾਣ ਦਿੱਤਾ ਗਿਆ, ਉਹ ਵੱਖਰੀ ਗੱਲ ਹੈ। ਲੇਕਿਨ ਉੱਥੇ ਮੌਕਾ ਮਿਲਿਆ ਦੁਬਾਰਾ ਜਿਹੜੀ ਕੇਂਦਰੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕਰਨ ਦਾ, ਔਰ ਇਹ ਕਹਿਣ ਦਾ ਕਿ ਦੇਖੋ ਇਹ ਜਿਹੜੇ ਨੇ ਚੰਦੇ ਦੇ ਚੋਰ ਨੇ, ਇਹ ਸਾਡੇ ਬੰਦਿਆਂ ਨੂੰ, ਇਮਾਨਦਾਰ ਕੱਟੜ ਇਮਾਨਦਾਰਾਂ ਨੂੰ ਜੇਲ੍ਹ ਚ ਡੱਕ ਰਹੇ ਨੇ। ਇਹ ਮੌਕਾ ਮਿਲ ਗਿਆ ਨਾ, ਇਹ ਤੇ ਵੀ ਗੱਲ ਕਰਾਂਗੇ। ਲੇਕਿਨ ਇਹਦਾ ਜਵਾਬ ਵੀ ਦਿੱਤਾ ਸੁਨੀਲ ਜਾਖੜ ਨੇ ਪੰਜਾਬ ਦੇ ਵਿੱਚ, ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਜਾ ਕੇ ਕਰਨਾ ਬਿਲਕੁਲ ਗਲਤ ਆ। ਹੋਰਾਂ ਨੇ ਵੀ ਆਲੋਚਨਾ ਕੀਤੀ ਹੈ, ਉਹ ਗੱਲ ਆਪਾਂ ਕਰਦੇ ਹਾਂ। ਗੱਲ ਆਪਾਂ ਇੱਕ ਹੋਰ ਕਰਨੀ ਹੈ ਕਿ ਮੋਦੀ ਸਾਹਿਬ ਹਮਲੇ ਆਪਣੇ ਬੜੇ ਤਿੱਖੇ ਕਰ ਰਹੇ ਨੇ ਜੋ ਕਾਂਗਰਸ ਪਾਰਟੀ ਤੇ, ਜਾਂ ਉਹਨੂੰ ਇੰਡੀਆ ਗਠਜੋੜ ਨੂੰ, ਜਿਹੜੀ ਉਹ ਇੰਡੀ ਗਠਜੋੜ ਕਹਿੰਦੇ ਨੇ ਉਹ ਤੇ ਕੱਲ ਵੀ ਕੀਤਾ ਬਿਹਾਰ ਦੇ ਵਿੱਚ ਉਹਨਾਂ ਨੇ, ਔਰ ਇਹ ਕਿਹਾ ਕਿ ਇਹਨਾਂ ਦਾ ਜਿਹੜਾ ਇਹ ਚੋਣ ਮਨੋਰਥ ਪੱਤਰ ਹੈ, ਇਹ ਤਾਂ ਇਉਂ ਲੱਗਦਾ ਕਿ ਮੁਸਲਿਮ ਲੀਗ ਦਾ ਹੋਵੇ। ਹੋਰ ਵੀ ਕਈ ਕਿਸਮ ਦੇ ਤਿੱਖੇ ਹਮਲੇ ਕੀਤੇ, ਤੇ ਨਾਲ ਇਹ ਵੀ ਕਿਹਾ ਕਿ ਰਾਮ ਮੰਦਿਰ ਲੋਕਾਂ ਦੇ ਪੈਸੇ ਨਾਲ ਬਣ ਰਿਹਾ ਹੈ, ਔਰ ਇਹ ਉਹਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਚ ਕਿਉਂ ਨਹੀਂ ਆਏ, ਮਤਲਬ ਕਿ ਰਾਮ ਦਾ ਇਸ਼ੂ ਵੀ ਉਠਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਜੋ ਮਰਜ਼ੀ ਕਹੇ, ਇਸ ਤਰ੍ਹਾਂ ਹੋ ਰਿਹਾ ਹੈ। ਲੇਕਿਨ ਅੱਜ ਥੋੜੇ ਜਿਹੇ ਹੋਰ ਵੀ ਪ੍ਰੋਬਲਮ ਆਈ ਹੈ, ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਨਾ, ਉਹ ਚ ਜਾਤ ਪਾਤ ਧਰਮ ਬਹੁਤ ਮਾਇਨੇ ਰੱਖਦੇ ਨੇ ਵੋਟਾਂ ਚ। ਠਾਕੁਰ ਬੜੇ ਖਿਲਾਫ ਹੋਏ ਨੇ, ਸਾਰੇ ਦੇਸ਼ ਚ ਹੀ ਹੋ ਗਏ। ਸ਼ੁਰੂ ਤਾਂ ਰਾਜਕੋਟ ਤੋਂ ਹੋਈ ਸੀ ਗੱਲ, ਗੁਜਰਾਤ ਤੋਂ, ਹੁਣ ਤਾਂ ਇਹ ਰਾਜਸਥਾਨ, ਉੱਤਰਾਖੰਡ, ਜਿੱਥੇ ਵੀ ਰਾਜਪੂਤਾਂ ਦੀ ਗਿਣਤੀ ਜ਼ਿਆਦਾ ਹੈ, ਉਹ ਸਾਰੇ ਵਿਰੋਧ ਕਰ ਰਹੇ ਨੇ। ਉਹਦੀ ਵੀ ਗੱਲ ਕਰਾਂਗੇ, ਤੇ ਨਾਲ ਫਿਰ ਆਪਾਂ ਕਿਸਾਨਾਂ ਦੇ ਵਿਰੋਧ ਦੀ ਵੀ ਗੱਲ ਕਰਨੀ ਹੈ। ਕਿਸਾਨਾਂ ਦਾ ਵਿਰੋਧ ਬਹੁਤ ਤਿੱਖਾ ਤੇ ਤੇਜ਼ੀ ਨਾਲ ਵੱਧ ਰਿਹਾ ਹੈ। ਪਹਿਲਾਂ ਤਾਂ ਪਿੰਡਾਂ ਚ ਨਹੀਂ ਵੜਨ ਦਿੰਦੇ ਸੀ, ਹੁਣ ਉਹ ਕਾਫਲੇ ਬਣਾ ਕੇ ਸ਼ਹਿਰਾਂ ਵੱਲ ਵੀ ਆ ਰਹੇ ਨੇ, ਇਹਦੀ ਵੀ ਗੱਲ ਕਰਾਂਗੇ। ਤੇ ਮਾਨ ਸਰਕਾਰ ਨੂੰ ਇੱਕ ਵਾਰ ਫੇਰ ਨਿੰਦਿਆ, ਆਲੋਚਨਾ ਕੀਤੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਔਰ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ। ਕਿਉਂ? ਇਸ ਕਰਕੇ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਨੇ, ਉਹਨਾਂ ਦੇ ਪਰਿਵਾਰ ਨੂੰ ਕੱਲ ਪੁਲਿਸ ਨੇ ਹਿਰਾਸਤ ਚ ਲੈ ਲਿਆ। ਕਿਉਂ ਲਿਆ, ਇਹ ਕੀ ਗੱਲਬਾਤ ਆ, ਆਪਾਂ ਅਗਲੇ ਹਿੱਸੇ ਚ ਇਹਦੀ ਗੱਲ ਕਰਦੇ ਹਾਂ। ਤੇ ਨਾਲ ਇੱਕ ਦੋ ਖਬਰਾਂ ਆਪਾਂ ਲੈਣੀਆਂ ਨੇ ਸਿਹਤ ਨਾਲ ਸੰਬੰਧਿਤ। PGI ਚ ਇੱਕ ਰਿਸਰਚ ਹੋਈ ਹੈ, ਉਹ ਕਹਿੰਦੇ ਹਰ ਦੋ ਬੰਦਿਆਂ ਦੇ ਵਿੱਚੋਂ ਇੱਕ ਦਾ ਲਿਵਰ ਫੈਟੀ ਹੈ। ਇਹਦੀ ਗੱਲ ਕਰਨੀ ਹੈ, ਕਿਹਦਾ ਹੁੰਦਾ, ਕਿਉਂ ਹੁੰਦਾ, ਤੇ ਨਾਲ ਆਪਾਂ ਗੱਲ ਕਰਨੀ ਹੈ ਕਿ 65 ਬੰਦੇ ਹਰ ਰੋਜ਼ ਕੈਂਸਰ ਨਾਲ ਮਰਦੇ ਨੇ। ਇੱਕ ਹੋਰ ਵੀ ਖਬਰ ਹੈ, ਚੰਗੀ ਹੈ ਇਸ ਕਰਕੇ, ਹੈ ਉਹ ਵੀ ਸਿਹਤ ਦੀ, ਕਿ ਵੱਡੀ ਪੱਧਰ ਤੇ ਲੋਕ ਦੁਨੀਆ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚ ਇਲਾਜ ਕਰਾਉਣ ਆ ਰਹੇ ਨੇ, ਕਿਉਂਕਿ ਦੇਸ਼ ਦਾ ਇਲਾਜ ਬਹੁਤ ਸਸਤਾ ਹੈ। ਉਹ ਵੀ ਗੱਲ ਕਰਾਂਗੇ। ਕੈਨੇਡਾ ਤੇ ਭਾਰਤ ਦੇ ਸੰਬੰਧ ਫੇਰ ਜਿਹੜਾ ਹੈ ਤਕਰਾਰਬਾਜ਼ੀ ਹੋ ਰਹੀ ਹੈ, ਕਿਉਂਕਿ ਕੈਨੇਡਾ ਨੇ ਕਿਹਾ ਕਿ ਸਾਡੀਆਂ ਚੋਣਾਂ 'ਚ ਭਾਰਤ ਦਖਲ ਦਿੰਦਾ ਹੈ, ਤੇ ਹੋਰ ਜਿਹੜਾ ਚੋਣ ਦਾ ਜਿਹੜਾ ਅਖਾੜਾ ਪੱਕਿਆ ਹੋਇਆ।
और ये की चल रहे हो भी गल करा सुखपाल सिंह खहरा संगरूर तो चोन लड़ सकते हैं खुद दस्या है। वो बहुत सारिया खबर ने लेकिन पहला आप वही खबर जी लीए तो वे आप आर के सिंह की स्टेटमेंट तो ज एक इंटरव्यू जो उन्होंने गल् की ने वो आप जो है उतो गल शुरू करते हैं। आर के सिंह जेडे ऊर्जा मंत्री ने कहते ने देश के केंद्र के मंत्री ने वो कहते सूबे की आर्थिक हालत बड़ी माड़ी है बेहद गंभीर है आर्थिक स्थिति पंजाब की ते इत्थे जिहड़ी तुसीं दे रहे हो मुफ्त बिजली ये जे इस तरह कोई भी राज दिंदा है पंजाब दा तां नौ लैके गल कीती है ये समझ लो तुसीं अगलियां पीढ़ियां लई कंडे बीज रहे हो बिल्कुल ना सेहत लई कुछ रहना है ना स्कूल बनाउण लई ना यूनिवर्सिटियां लई पैसा रहना है ये उन्होंने कहा कर्जे की पंड ना चढ़ाओ मुफ्त बिजली दे के इस तरह की गल उन्होंने कहते हुए आर के सिंह ने एक गल ये कही इस तरह गलत नहीं पर उदो ठीक है मुफ्त जो रेवड़ियां कहते हैं मोदी साहब सहूलत देनिया मुफ्त सहूलत देनिया उदो ठीक ने जो थोड़े को वादू पैसा हो लोड़ा पैसा हो करो लेकिन तुसी तां पहले दो साल 47,000 करोड़ का कर्जा ले लिया तो फिर ये जो होर लाओगे तो होर कर्जे का बहुत बढ़ूगा तो उहदा कर्जा उतारना बड़ा औखा हो जाऊगा सड़क हस्पताल स्कूल ये पैसे नहीं होंगे कर्जा तो आखिर लाने पैना इस किस्म की गल जी है वह की है आर के सिंह ने तो की भी उदों जो चोणों का माहौल चल रहा है वैसे बहुत सारिया गल् ने हम फिर विरोधी तर पै जाती है हम पंजाब सरकार ने जोड़ा हालांकि कैप्टन वेले होया कैप्टन सरकार वेले जोड़ा औरतों मुफ्त सफर की गल की गई सी लेकिन गलता यह है जी सरकार लागू कर दी है जिम्मेवारी वो होंगी है हम 22-23 ते 23-24 31 मार्च तक 278 करोड़ रुपए जोड़े हम पी आर टी सी जा जी सरकारी बसों का नहीं दिता सरकार ने तो उन्होंने तनखा कदे अद्धिया दे के सारते हैं तो पेंशन नहीं मिल रही है। इस जोड़ा समा टपाया जा रहा है यदा कोई हल तो होगा ये गल असल की है आर के सिंह ने मैं एक होर रिपोर्ट देख रहा है वो रिपोर्ट सी आर बी आई रिजर्व बैंक ऑफ इंडिया उन्हें यह गल कही कि 33% जरा कर्जा लै सकता कोई भी सूबा 33% कहदा जिन्ना उहदा घरेलू उत्पाद है यानी जी डी पी का 33% लै सकता है पंजाब ने तो पहले 52% लिया हुआ मतलब कि तुसी देखो आर बी आई जो कहती है उन्हें एक लिस्ट जी पंजाब सरकार ने आर बी आई भेजी है कि सानू कर्जा कितना चाहिए दो अप्रैल 3,000 करोड़ लै चुके 3,000 करोड़ 2 अप्रैल फिर 8 अप्रैल 1,000 करोड़ मतलब के ये भी अज 1,000 करोड़ होर फिर 23 अप्रैल 500 करोड़ की होर मंग है फिर 24 मई आ जाती 14 मई आ जाती है 1,000 करोड़ 28 मई 2,000 करोड़ 11 जून 500 करोड़ ये 3 महीनों का है 3 महीनों 12,000 करोड़ का कर्जा ये भेजी है जी सूची आर बी आई सोर्स ये है आर बी आई कह रही है। देखो जो नवजोत सिंह सिद्धू भावें अजकल वह अपनी बीबी के इलाज च बिजी है लेकिन वह लगातार यह गल उठा रहे थे ये गल ठीक है ये कहते हैं सानू विरासत च मिले मान साहब ने बहुत बार गल की है कि सानू तो पिछली सरकार ने दिता है कर्जा भाई फिर उदू बाद की करना है सरकार ने दिता है की बधाउणा है ये भी तो देखने वाली गल है जे 12,000 करोड़ इन्हों 3 महीनों च फिर तो बहुत मुश्किल हो जाएगी 47,000 करोड़ पहला हो चुके है। सो ये जरा असी नहीं कहते कि तुसी मुफ्त ना दो पर गल तो पै मुफ्त मैं बहुत बार गल की थी, मुफ्त की होंगे हूँ इन्हें कर्जा है ये कर्जे जोड़ा उतारना है ब्याज देना है वह कितों आना है वह किसी की जेब च थोड़ी आना है वो थोड़ी जेब च ही आना है वह लोगों के टैक्सपेयर के पैसा होना है। खैर ये गलते ये तो सिर्फ पंजाब सरकार उन्होंने जोड़े मुफ्त कुछ चाहते हैं उन्होंने किस्म का जागरूक कर दी चेतावनी देने की गल है भाई हालत माड़े ने कि देखियो एवं दुवालापन नवजोत सिंह सिद्धू तो हो सकता है
कि सियासत तो प्रेरित होकर गल कर रहे हैं, पर असी तो जो पंजाब प्रत्याशी है वह तो कह रहे हैं कि देखो बचाओ भाई पंजाब, आप अगे बढ़िए। केजरीवाल साहब की गल कर लीए, केजरीवाल की गिरफ्तारी एक गल तो बड़ी कमाल है, केजरीवाल जरा IRS अफसर छड़ के जो तो पार्टी बनाई कुछ तो गल होंगी है, भावे कि उन्हें आपके बंदे कड़ते प्रशांत भूषण जी ने 2 करोड़ पहला दिता, सारे जोगिंदर यादव धर्मवीर गांधी सब कुछ करता, कोई भी बंदा सियासत च ये नहीं चाहता कि वह बराबर द जा तो वह तो उपरला बंदा हो फिर कम करना औखा जाता है, क्योंकि साढ़े तो हीरो वर्शिप वाली गल होंगी है ना साड़ी सियासत सारे कि मोदी मोदी हो रहे आम आदमी पार्टी च केजरीवाल केजरीवाल तो वह जो केजरीवाल एक वधिया स्कीम बना के दे देता भी हर रोज आप खबर च रहना है तो हम फोटो लाई हुई है तो सिखा के पिछे तो थां थां से कल भुख हड़ताल की लोग कट्ठे हुए मौका मिल गया तो भगवंत मान साहब भी फिर पिछे थोड़ी नहीं तो फिर रिपोर्ट तो उत्थे पहुंच ही जाती है मीडिया राही भी किने की किया मेरे लिए तो मान साहब फिर खटकड़कड़ा चले गए तो खटकड़ कला हम शहीद की धरती हो शहीद भगत सिंह की उत्थे जाके वैसे उत्थे यह भी गल है कि उदू बाद जो मान साहब जाते हैं मैं नहीं कहता जिमें अज किसी ने कहा जी 1000 बंदा सिक्योरिटी का लाया जी उत्थे किसी को आउन नहीं दिता तो हो सकता भाई प्रोटोकॉल हो भी नहीं जिते मुख्यमंत्री होते आम बंदा नहीं जा सकता भावे आम आदमी पार्टी के मुख्यमंत्री है पर आम बंदा उत्थे नहीं जा सकता मैनू ये बारे ज्यादा ज्ञान नहीं लेकिन मान साहब उत्थे गए और उन्होंने चंगे निशाने लाए। अजकल जो संजय सिंह बोल रहे मान साहब बोल रहे हैं कि कोई भ्रिष्टाचारी बाहर नहीं रहन देना सब नूं भारतीय जनता पार्टी शामिल कर लेना है इस किस्म दी गल्लां इत्थे भगवंत मान ने उत्थे जिहड़ा है संजय सिंह ने संजय सिंह जदों दा बाहर आया जेल तो उद्दे दा जमानत ते बहुत तिखा तिखे हमले कर रहे हैं उत्थे कीते जिहड़ी थां ते मौका मिलिया आ दिल्ली च बैठे ने ते पंजाब च कई थावां ते होया इह नहीं कि कल्ला खटकड़ कला होया ये सारी गलबात च होर की होया विरोधी क्यों सुनील जाखड़ क्यों इन्हां दी आलोचना कर रहे हैं ये सारियां गल्लां आपां करांगे लेकिन क्योंकि हुण इक ब्रेक दा टाइम हो गया पहला लवांगे ब्रेक। गुरबाणी न्यूज म्यूजिक एंटरटेनमेंट शो जा किसी तरह का कोई भी कंटेंट वेखन दे लई प्ले स्टोर तो हुणे डाउनलोड करो चढ़दी कला मीडिया नेटवर्क ऐप। अब आप चढ़दी कला टाइम टीवी देख सकते हैं DD फ्री डिश MBAC 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले DD फ्री डिश ब्रेक तो बाद थोड़ा फिर स्वागत। ब्रेक के जाने वेले मैं थोड़ा दस रहा सी कि कल केजरीवाल साहब की गिरफ्तारी के विरोध के विच आम आदमी पार्टी ने भुख हड़ताल रखी सारे ने छोटे तो बड़े सारे वर्करां ने बाकी वक्री गल है भी भुख हड़ताल किन्ने का किन्ने बजे खादा की कहा गया कि भुख हड़ताल रखी है हुण जिवें मान साहब उत्थे 2 घंटे लेट आए तो 1.5-2 घंटे चो आप भी भुख हड़ताल करके गलबात जी भाषण देकर चले गए हुण इहनूं तुसीं की कहोगे 2.5 घंटे की भुख हड़ताल रखी है जां की कीता ब्रेकफास्ट तां करना ही सी जिहड़ी इह तां इक बहाना है भुख हड़ताल तां उस तो बाद खैर जो भाषण च रगड़े लाने से वह लाए गए खैर इस बहुत थान से होया हूँ चलो मैं कुछ नहीं कहता भी पंडाल क्यों अद्धा खाली से या पूरा खाली से देखो विरोधी तो कह रहे होंगे ने कि पंडाल खाली से पर जो फोटो देखी तो लगता तो यही हो सकता है इस करके पंडाल खाली हो मान साहब की सिक्योरिटी का CM की सिक्योरिटी का प्रोटोकॉल होंगे बंदे ना उ गए हो इस नजरिए तो भी देख सकते हैं आप हूँ जी जो कुछ उन्होंने विरोध होया वह भी लै लीए एक अद्धे मिनट सुनील जाखड़ साहब ना दी नाल नगद रखते हैं अजकल वो कहते शहीदों की पवित्र धरती से यह सियासी ड्रामेबाजी क्यों की थी जी इन्होंने कहते ये की मतलब ये तो तुम जोड़ा है लोगों का धोखा कर रहे हो सुनील जाखड़ साहब मैं इन्होंने कला का नहीं कहते माफी की मांग कर ली कहते जी तुम उत्थे गए हो माफी दो माफी मंगो अज तो रजिंद्र कौर भट्ठल का भी बयान है इस मामले कि पंजाबियों बेवकूफ ना बनाओ तुम कमाल है कांग्रेस पार्टी और इन्हों का तो पूरा ही कमाल है पता नहीं लोगों के कदम भी नहीं गेट चोनी है गलबात क्यों
ਦੇਖੋ ਹੁਣ ਇੱਥੇ ਇੱਕ ਦੂਜੇ ਨੂੰ ਨਿੱਧ ਕੇ ਗਏ ਨੇ, ਆ ਬੱਸ ਨਾਲ ਹੀ ਕੁਰੂਕਸ਼ੇਤਰ ਕਿੰਨੀ ਕੁ ਦੂਰ ਹੈ, ਜੇ ਪਟਿਆਲੇ ਤੋਂ 50 ਮਿੰਟ ਦਾ ਰਸਤਾ ਹੈ, ਜਿੱਥੇ ਜਾ ਕੇ ਭਾਸ਼ਣ ਦੇਣਾ ਅੱਜ ਭਗਵੰਤ ਮਾਨ ਨੇ ਕਿਹਦੇ ਹੱਕ ਚ ਤੇ ਕਾਂਗਰਸ ਦੇ ਹੱਕ ਚ, ਉੱਥੇ ਤਾਂ ਖੈਰ ਉਹਨਾਂ ਦਾ ਆਪਦਾ ਖੜਾ, ਲੇਕਿਨ ਜਿਹੜੇ ਜਿੱਥੇ ਵੀ ਇਹ ਤੋਂ ਬਾਅਦ ਤਾਂ ਸਾਰੇ ਹਰਿਆਣਾ ਚ ਗੁਜਰਾਤ ਚ ਜਿੱਥੇ ਵੀ ਕਾਂਗਰਸੀ ਖੜੇ ਹੋਣਗੇ ਉਹਨਾਂ ਦੇ ਜਾ ਕੇ ਹੱਕ ਚ ਭਾਸ਼ਣ ਦੇਣਗੇ। ਸਮਝ ਨਹੀਂ ਆਉਂਦੀ ਕਰਦੇ ਕੀ ਨੇ। ਆ ਬਲਟੋਆ ਸਾਹਿਬ ਤਾਂ ਹੋਰੀ ਗੱਲ ਕਹਿ ਗਏ, ਕਹਿੰਦੇ ਕਾਹਦੀ ਭੁੱਖੜ ਦਾਲ ਪਰੌਂਠੇ ਛੱਕ ਕੇ ਬੈਠ ਗਏ, 2-2.5 ਘੰਟੇ ਚ ਉੱਠ ਕੇ ਚਲੇ ਗਏ। ਤੋ ਇਸ ਤਰ੍ਹਾਂ ਦੇ ਫਿਰ ਉਹ ਕਹਿੰਦੇ ਖਹਿਰਾ ਸਾਹਿਬ ਦੀ ਵੀ ਮੈਂ ਸੁਣ ਰਿਹਾ ਸੀ, ਇਹ ਸਭ ਇਸ ਤਰ੍ਹਾਂ ਇੱਕ ਪਾਸੇ ਤੁਸੀਂ ਕਹਿੰਦੇ ਸ਼ਹੀਦਾਂ ਦੀ ਧਰਤੀ, ਦੂਜੇ ਪਾਸੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜ ਦਿਓ, ਮਤਲਬ ਇਸ ਤਰ੍ਹਾਂ ਹੀ ਚੱਲਦਾ। ਔਰ ਨਵੇਂ ਨਵੇਂ ਨਾਰੇ ਕੱਢੇ ਜਾਂਦੇ ਨੇ, ਘਟਾਲਾ ਸ਼ਰਾਬ ਦਾ ਨਾਰਾ, ਇਨਕਲਾਬ ਜਿੰਦਾਬਾਦ ਦਾ, ਇਹ ਵੀ ਕੱਲ ਚੱਲੇ, ਤੇ ਸ਼ਰਾਬ ਘਟਾਲੇ ਚ ਗ੍ਰਿਫਤਾਰੀ, ਤੇ ਤੁਸੀਂ ਜਗ ਧਰਨਾ ਦਿੰਦੇ ਹੋ ਸ਼ਹੀਦ ਭਗਤ ਸਿੰਘ ਦੀ ਧਰਤੀ ਤੇ। ਤੋ ਹੁਣ ਕੌਣ ਕਸੂਤਾ ਫਸਿਆ ਕੌਣ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ। ਆਪਾਂ 1-2 ਨੈਸ਼ਨਲ ਖਬਰਾਂ ਦੀ ਗੱਲ ਕਰ ਲਈਏ। ਮੋਦੀ ਸਾਹਿਬ ਖਬਰਾਂ ਬਣਾ ਰਹੇ ਨੇ ਲਗਾਤਾਰ, ਕਿਉਂਕਿ ਅੱਜ ਕੱਲ ਉਹ ਬੜੇ ਗਰਮ ਹੋਏ ਨੇ। ਪਰ ਮੈਨੂੰ ਨਹੀਂ ਪਤਾ, ਸਾਡੇ ਦੇਸ਼ ਦੇ ਵਿੱਚ ਨਾ ਖਾਸ ਤੌਰ ਤੇ ਸਿੱਖ ਵਿੱਚ ਹੋਮੇ ਨੂੰ, ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸਮੇ, ਮਤਲਬ ਹੋਮੇ ਨੂੰ ਕੋਈ ਜ਼ਿਆਦਾ ਵਧੀਆ ਨਹੀਂ, ਈਗੋ ਨੂੰ ਕੋਈ ਜ਼ਿਆਦਾ ਨਹੀਂ, ਪਰ ਜਦੋਂ ਬੰਦਾ ਮੈਂ ਕਰਦਾ। ਮੋਦੀ ਸਾਹਿਬ ਦਾ ਭਾਸ਼ਣ ਦਾ ਸਟਾਈਲ ਹੈ, ਹੋਮੇ ਹੈ, ਇਹ ਤਾਂ ਤੁਸੀਂ ਚੰਗੀ ਤਰ੍ਹਾਂ ਦੇਖ ਲਓ, ਲੇਕਿਨ ਕਮਾਲ ਹੈ ਉਹਨਾਂ ਦੇ ਡਾਇਲਾਗ ਬੜੇ ਕਮਾਲ। ਮੋਦੀ ਕੀ ਸਭੀ ਗਰੰਟੀਆਂ ਪੂਰੀ ਹੋ ਗਈ, ਇਹ ਮੋਦੀ ਕੀ ਗਰੰਟੀ ਹੈ, ਕਮਾਲ ਹੈ। ਕੱਲ ਉਹ ਕਹਿੰਦੇ ਇਹ ਜਿਹੜਾ ਕਾਂਗਰਸ ਦਾ ਚੋਣ ਮਨੋਰਥ ਪੱਤਰ ਹੈ, ਇਹ ਤਾਂ ਮੁਸਲਿਮ ਲੀਗ ਦੀ ਇਹਦੇ ਚ ਛਾਪ ਲੱਗੀ ਹੈ, ਇਹ ਕਹਿੰਦਾ ਵੀ ਨਹੀਂ। ਕੱਲ ਇੱਕ ਹੋਰ ਵੀ ਗੱਲ ਉਹਨੇ ਕਹੀ, ਮੋਦੀ ਕਹਿੰਦੇ ਮਜ਼ਾ ਲੈਣ ਲਈ ਨਹੀਂ ਜੰਮਿਆ, ਮੋਦੀ ਕੰਮ ਕਰਨ ਲਈ ਜੰਮਿਆ, ਉਹ ਕੰਮ ਕਰਦਾ ਰਹੇਗਾ। ਕੱਲ ਜਦੋਂ ਉਹ ਬਿਹਾਰ ਦੇ ਵਿੱਚ ਬੋਲ ਰਹੇ ਸੀ, ਨਵਾਦਾ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਕੀਤਾ, ਵਿਵੇਕ ਠਾਕੁਰ ਦੀ ਚੋਣ ਪ੍ਰਚਾਰ ਕਰ ਰਹੇ ਸੀ ਉਹ, ਤੇ ਉੱਥੇ ਫਿਰ ਉਹਨਾਂ ਨੇ ਜਿਹੜਾ ਵੱਡਾ ਮੰਤਰ ਹੈ ਭਾਰਤੀ ਜਨਤਾ ਪਾਰਟੀ ਦਾ, ਉਹ ਕਾਂਗਰਸ ਤੇ ਨਿਸ਼ਾਨਾ ਲਾਉਂਦੇ, ਕਹਿੰਦੇ ਪ੍ਰਾਣ ਪ੍ਰਤਿਸ਼ਠਾ ਮੰਦਰ ਦੇ ਵਿੱਚ ਕਿਉਂ ਨਹੀਂ ਆਏ, ਰਾਮ ਮੰਦਰ ਤਾਂ ਜਿਹੜਾ ਹੈ ਉਹ ਲੋਕਾਂ ਦੇ ਪੈਸੇ ਨਾਲ ਹੈ। ਹੁਣ ਇਹ ਗੱਲ ਚੋਣ ਕਮਿਸ਼ਨ ਨੂੰ ਨਜ਼ਰ ਨਹੀਂ ਆਉਣੀ, ਕਿਉਂਕਿ ਇਹ ਇਹ ਕੋਈ ਧਰਮ ਨਹੀਂ ਜੋੜਿਆ ਜਾ ਰਿਹਾ ਹੈ ਇਲੈਕਸ਼ਨ ਦੇ ਵਿੱਚ, ਹੋਰ ਕਿਵੇਂ ਹੁੰਦਾ ਜੀ, ਹੋਰ ਕੀ ਧਰਮ ਨੂੰ ਕਿਵੇਂ ਤੁਸੀਂ ਲੈ ਸਕਦੇ ਹੋ, ਖੈਰ ਕਰ ਰਹੇ ਨੇ। ਪਰ ਇੱਕ ਗੱਲ ਹੈ, ਕੱਲ ਵਿਵੇਕ ਠਾਕੁਰ ਦੇ ਹੱਕ ਚ ਸੀ, ਬਾਕੀ ਜਿਹੜੇ ਠਾਕੁਰ ਨੇ ਉਹ ਕੀ ਮੋਦੀ ਸਾਹਿਬ ਦੇ ਅੱਜ ਕੱਲ ਨਾਲ ਨੇ, ਇੱਕ ਵੱਡਾ ਸਵਾਲ ਹੋਇਆ ਪਿਆ। ਸੋਸ਼ਲ ਮੀਡੀਆ ਤੇ ਜਾ ਕੇ ਦੇਖੋ, ਠਾਕੁਰ ਤਾਂ ਇੱਕ ਮੁਹਿੰਮ ਚਲਾ ਰਹੇ ਨੇ, ਉਹਨਾਂ ਦੇ ਤਾਂ ਨਾਰਾ ਦਿੱਤਾ ਬੀਜੇਪੀ ਹਰਾਓ ਰਾਜਪੂਤ ਬਚਾਓ, ਜਿਹੜੀ ਠਾਕਰਾਂ ਦਾ ਜਾਂ ਖੱਤਰੀਆਂ ਦਾ ਅੰਦੋਲਨ ਬਣ ਗਿਆ ਇਹ। ਅਸਲ ਦੇ ਵਿੱਚ ਹੋਇਆ ਤਾਂ ਕੀ ਹੈ ਕਿ ਮੋਦੀ ਸਾਹਿਬ ਦਾ ਇੱਕ ਕਰੀਬੀ, ਮੈਂ ਤਾਂ ਕੌਣ ਕਰੀਬੀ ਹੈ, ਦੂ ਕਰੀਬੀ ਕੌਣ ਸੀ ਖੱਟਰ ਸਾਹਿਬ ਤੋਂ, ਜਿਹੜੇ ਇੱਕੋ ਦਰੀ ਤੇ ਸੌਂਦੇ ਸੀ, ਜਿਹੜੀ ਇਹ ਗੱਲ ਕੀਤੀ ਅਗਲੇ ਦਿਨ ਉਹਨਾਂ ਨੂੰ ਲਾਹਤਾ ਸੀ, ਸਿਆਸਤ ਹੈ ਇਹ, ਕੌਣ ਕੀਦਾ ਇਹਦਾ ਕੋਈ ਪਤਾ ਨਹੀਂ ਲੱਗਦਾ। ਰਾਜਕੋਟ ਤੋਂ ਟਿਕਟ ਦਿੱਤੀ ਪਰਸੋਤਮ ਰੁਪਾਲਾ, ਜਿਹੜਾ ਇਹਨਾਂ ਦੇ ਨੇੜੇ ਆਪਾਂ ਕਹਿ ਲਈਏ, ਅਸਲ ਦੇ ਵਿੱਚ ਉਦੋਂ ਗੜਬੜ ਸ਼ੁਰੂ ਕਰਤੀ ਰੁਪਾਲਾ ਨੇ। ਰੁਪਾਲਾ ਨੇ ਇੱਕ ਬਿਆਨ ਦਿੱਤਾ, ਜਿਹੜਾ ਬਿਆਨ ਦਿੱਤਾ ਉਸਨੇ ਉਹ ਦਿੱਤਾ ਰਾਜਪੂਤਾਂ ਦੀਆਂ ਔਰਤਾਂ ਦੇ ਬਾਰੇ ਕੋਈ ਟਿੱਪਣੀ ਗਲਤ ਕਰ ਬੈਠਿਆ ਇੱਕ ਮਹਿਫਲ ਦੇ ਵਿੱਚ। ਅੱਜ ਕੱਲ੍ਹ ਤਾਂ ਕੋਈ ਪਤਾ ਨਹੀਂ, ਅੱਜ ਕੱਲ੍ਹ ਤਾਂ ਇਹ ਵੀ ਹੈ ਕਿ ਐਨਕਾਂ ਜਿਹੜੀਆਂ ਨੇ ਨਾ ਉਹਨਾਂ ਚ ਵੀ ਕੈਮਰੇ ਨੇ, ਹੁਣ ਮੈਂ ਬੈਠਾ ਉੱਥੇ ਰਿਕਾਰਡਿੰਗ ਹੋ ਜਾਂਦੀ ਹੈ, ਜਿਹੜੀ ਮੈਂ ਤਾਂ ਦੇਖਿਆ ਹੈ ਇਹ ਕੰਮ। ਮੈਨੂੰ ਤਾਂ ਹੈਰਾਨੀ ਹੋਈ ਕਿ ਸਾਡੇ ਕੋਲ ਅਸੀਂ ਸਫਾਈ ਕੈਮਰੇ ਦੀ ਗੱਲ ਕਰਦੇ ਸੀ, ਉਹ ਕੈਨੇਡਾ ਤੋਂ ਮੇਰਾ ਬੇਟਾ ਆਇਆ ਤੇ ਉਹਨੇ ਕਰਕੇ ਇੱਕ ਥਾਂ ਤੇ ਅਸੀਂ ਗਏ ਤੇ ਆ ਕੇ ਮੈਨੂੰ ਰਿਕਾਰਡਿੰਗ ਫੜਾਤੀ, ਕਹਿੰਦਾ ਇਸ ਤਰ੍ਹਾਂ ਵੀ ਰਿਕਾਰਡਿੰਗ ਹੁੰਦੀ, ਕਿਸੇ ਨੂੰ ਪਤਾ ਹੀ ਲੱਗਦਾ ਐਨਕਾਂ ਲੱਗੇ, ਹੁਣ ਮੈਂ ਤੁਹਾਡੇ ਕੋਲ ਬੈਠਾ ਤੇ ਬਿਲਕੁਲ ਮਹਿਫਲ ਦੇ ਵਿੱਚ ਕਿਵੇਂ ਬਾਹਰ ਆਉਂਦੀ ਹੈ ਗੱਲ। ਖੈਰ ਉਹ ਗੱਲ ਬਾਹਰ ਆ ਗਈ, ਗੱਲ ਬਾਹਰ ਆਉਣ ਤੋਂ ਬਾਅਦ ਲੋਕ ਹੁਣ ਭੜਕੇ ਪਏ ਨੇ ਉਹਦੇ ਨਾਲ, ਜਿਹੜਾ ਜਿਹਨੂੰ ਕਹਿੰਦੇ ਨੇ ਤੇਲ ਪੈ ਗਿਆ ਇਹ ਕਿ ਬੀ ਕੇ ਸਿੰਘ ਵਰਗੇ ਜਿਹੜੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸੀ ਉਸ ਵੇਲੇ, ਉਹਦਾ ਟਿਕਟ ਕੱਟਤਾ। ਇਹ ਕਹਿੰਦੇ ਜੀ ਤੁਸੀਂ ਖੱਤਰੀਆਂ ਦਾ ਟਿਕਟ ਕੱਟ ਰਹੇ ਹੋ ਰਾਜਪੂਤਾਂ ਦਾ, ਅਸੀਂ ਕਹਿੰਦੇ ਉਹ ਤਾਂ ਬਹੁਤ, ਮੈਂ ਉਹਦਾ ਸੁਣ ਰਿਹਾ ਸੀ ਐਡੀਟਰ ਨੂੰ, ਕਹਿੰਦੇ ਅਸੀਂ ਅਸੀਂ ਤਾਂ ਸਾਡੇ ਕੋਲ ਜਿਹੜੀ ਸਟੇਟ ਸੀ ਅਸੀਂ ਉਹ ਦਿੱਤੀਆਂ ਦੇਸ਼ ਨੂੰ। ਖੈਰ ਉਹ ਤਾਂ ਆਪਦਾ ਬਣਾ ਰਹੇ ਨੇ, ਮੈਂ ਇੰਨਾ ਟਾਈਮ ਨਹੀਂ ਕਿ ਡਿਟੇਲ ਦੱਸਾਂ, ਪਰ ਇਹ ਹੈ ਕਿ ਯੂਪੀ ਚ ਉਹਨਾਂ ਨੇ ਸਹਾਰਨਪੁਰ,
ਤੇ ਉਦੋਂ ਬਾਅਦ ਲਗਾਤਾਰ ਉੱਤਰਾਖੰਡ ਚ ਪਹੁੰਚ ਗਏ ਇਹਨਾਂ ਦਾ ਅੰਦੋਲਨ ਤੇ ਰਾਜਸਥਾਨ ਚ ਵੱਡੀ ਗਿਣਤੀ ਚ ਉੱਥੇ ਪਹੁੰਚ ਗਿਆ। ਜਾਨੀ ਰਪਾਲਾ ਤੋਂ ਸੁਣਿਆ ਜਿਹੜਾ ਸ਼ੁਰੂ ਹੋਇਆ ਗੁਜਰਾਤ ਤੋਂ ਇਹ ਦੇਸ਼ ਦੇ ਵਿੱਚ ਜਿਹੜੀ ਠਾਕਰ ਜਾਂ ਰਾਜਪੂਤ ਹੁਣ ਇਹਨਾਂ ਦਾ ਵਿਰੋਧ ਕਰ ਰਹੇ ਨੇ ਮੋਦੀ ਸਾਹਿਬ ਦੀ, ਇਹ ਵੱਡੀ ਪ੍ਰੋਬਲਮ ਬਣ ਸਕਦੀ ਹੈ। ਫਿਰ ਇਹਦੇ ਚ ਕੀ ਹੋਇਆ, ਮੋਦੀ ਸਾਹਿਬ ਨੇ ਕਿਹਾ ਪੁਰਸ਼ੋਤਮ ਰੁਪਾਲੇ ਨੂੰ ਵੀ ਕੀ ਪੰਗਾ ਪਾਤਾ, ਮਾਫ਼ੀ ਮੰਗ, ਉਹਨੇ ਮਾਫ਼ੀ ਮੰਗ ਲਈ। ਇਹ ਕਹਿੰਦੇ ਮਾਫ਼ੀ ਲੜ ਨਹੀਂ ਸਕਦਾ, ਉਹਦੀ ਟਿਕਟ ਕੱਟੋ ਰਾਜ ਜੇ ਅਸੀਂ ਕੁਛ ਕਰਾਉਣਾ ਹੈ। ਜਾਨੀ ਜਦੋਂ ਇਲੈਕਸ਼ਨ ਹੁੰਦੀ ਹੈ ਕੁਛ ਨਾ ਕੁਛ ਤਾਂ ਫਿਰ ਇਸ ਤਰ੍ਹਾਂ ਦਾ ਹੁੰਦਾ, ਉਹ ਚੱਲ ਰਿਹਾ। ਹੁਣ ਆਪਾਂ ਗੱਲ ਜੇ ਮੋਦੀ ਸਾਹਿਬ ਦੀ ਕੀਤੀ ਰਾਹੁਲ ਗਾਂਧੀ ਵੀ ਕਰ ਲਈਏ। ਰਾਹੁਲ ਗਾਂਧੀ ਕੱਲ੍ਹ ਸੀ ਹੈਦਰਾਬਾਦ ਤਲਗਾਨਾ ਦੇ ਵਿੱਚ, ਉਹ ਕਰਨਾ ਸੀ ਜਿਹੜਾ ਹੈ ਚੋਣ ਮਨੋਰਥ ਪੱਤਰ ਉੱਥੇ ਜਾਰੀ, ਉਸੇ ਭਾਸ਼ਾ ਚ ਦੱਸਣਾ ਸੀ ਵੀ ਅਸੀਂ ਆਹ ਕੁਛ ਦੇ ਰਹੇ ਹਾਂ। ਤਾਂ ਲਗਾਤਾਰ ਇਹ ਗੱਲ ਕਰ ਰਹੇ ਨੇ, 5 ਨਿਆਏ 25 ਗਰੰਟੀਆਂ। ਤੇ ਹੁਣ ਕੋਈ ਪਾਰਟੀ ਨੀ ਕਹਿੰਦੀ, ਚਾਹੇ ਮੋਦੀ ਸਾਹਿਬ ਹੋਣ ਚਾਹੇ ਕਾਂਗਰਸ ਹੋਵੇ, ਕਿ ਆਪਾਂ ਇਹ ਕਰੀਏ ਕਿ ਇੱਕ ਗਰੰਟੀ ਇਹ ਵੀ ਦੇ ਦਈਏ ਵੀ ਜੇ ਅਸੀਂ ਸਰਕਾਰ ਚ ਆ ਗਏ ਤਾਂ ਇਹ ਜਿਹੜਾ ਚੋਣ ਮਨੋਰਥ ਪੱਤਰ ਹੈ ਇਹਨੂੰ ਅਸੀਂ ਲੀਗਲ ਡਾਕੂਮੈਂਟ ਬਣਾ ਦਾਂਗੇ। ਕੋਈ ਨੀ ਕਹਿੰਦਾ, ਆਪ ਫਸ ਰਹੋ, ਜੇ ਕਹਿਣਗੇ ਤਾਂ ਫਸ ਜਾਣਗੇ। ਖੈਰ ਉਹਨਾਂ ਨੇ ਕੀਤਾ, ਉਦੋਂ ਬਾਅਦ ਬੜਾ ਕਸ਼ਮਟ ਬਹੁਤ ਸੀ ਵੈਸੇ ਮੈਂ ਦੇਖਿਆ। ਤੇ ਹੁਣ ਮੈਂ ਡਿਟੇਲ ਚ ਤਾਂ ਦੱਸਣੀ ਵੀ ਕੀ ਕਿਹਾ ਉਹਨਾਂ ਨੇ ਕਿਸਾਨਾਂ ਲਈ, ਤੇ MSP ਦੇਣ ਦੀ ਗੱਲ ਹੈ, ਔਰਤਾਂ ਨੂੰ 1 ਲੱਖ ਰੁਪਇਆ, ਉਹ ਤਾਂ ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ। ਲੇਕਿਨ ਇੰਪੋਰਟੈਂਟ ਗੱਲ ਇਹ ਕਿ ਜਦੋਂ ਰਾਤ ਨੂੰ 12 ਵਜੇ ਆ ਰਹੇ ਸੀ, ਕਹਿੰਦੇ ਜੀ ਮੇਰੀ ਟੀਮ ਕਹਿੰਦੀ ਇੱਕ ਵੀਡੀਓ ਪਾ ਦਿਓ, ਉਹ ਫਿਰ ਆਪ ਹੀ ਦੱਸ ਰਹੇ ਨੇ, ਕਹਿੰਦੇ ਵੀਡੀਓ ਵੀ ਇਹ ਪਾਓ ਕਿ ਹੱਸਦੇ ਹੋਏ ਮੁਸਕਰਾਉਂਦੇ ਹੋਏ, ਆਪ ਹੀ ਦੱਸਤਾ। ਕਹਿੰਦੇ ਜੀ ਦੇਖੋ ਮੈਂ ਹੁਣ ਲੈਂਡ ਕਰ ਰਿਹਾ, ਗੱਡੀ ਚ ਬੈਠੀ ਗੱਲ ਕਰ ਰਹੇ ਸੀ ਕਿ ਤੁਸੀਂ ਇਹ ਕਰੋ ਸੋਸ਼ਲ ਮੀਡੀਆ ਤੇ, ਮੈਨੂੰ ਇੰਸਟਾਗ੍ਰਾਮ ਤੇ ਉਹਨਾਂ ਨੇ ਆਪਣੀ ਵੀਡੀਓ ਪਾਈ ਹੈ ਕਿ ਜੋ ਅਸੀਂ ਚੋਣ ਮਨੋਰਥ ਪੱਤਰ ਦਿੱਤਾ ਹੈ ਉਹਦਾ ਤੁਸੀਂ ਮੈਨੂੰ ਰਿਸਪੋਂਸ ਦਿਓ ਵੀ ਠੀਕ ਹੈ ਨਹੀਂ। ਪੈਸੇ ਕਹਿੰਦੇ ਤੇਲੰਗਾਨਾ ਦੇ ਵਿੱਚ ਤੇ ਹੋਰ ਲੋਕ ਕਹਿੰਦੇ ਨੇ ਬੜਾ ਕ੍ਰਾਂਤੀਕਾਰੀ ਹੈ। ਖੈਰ ਜੋ ਵੀ ਹੈ, ਅੱਗੇ ਜਾ ਕੇ ਮੈਂ ਦੱਸੂ ਕਿ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਹੈ ਕਿ ਭਾਈ ਬਹੁਤ ਹੋ ਗਏ, 10 ਸਾਲ ਹੋ ਗਏ, ਜੇ ਇਸ ਵਾਰ ਨਹੀਂ ਜਿੱਦਾਂ ਤੂੰ ਚੁੱਪ ਕਰਕੇ ਬਹਿ, ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ। ਲੇਕਿਨ ਹੁਣ ਆਪਾਂ ਗੱਲ ਕਰੀਏ, ਵੈਸੇ ਇਕੱਲੇ ਹੀ ਨਹੀਂ ਬੋਲੇ, ਖੜਗੇ ਸਾਹਿਬ ਵੀ ਕੱਲ ਬੋਲੇ। ਖੜਗੇ ਸਾਹਿਬ ਪ੍ਰਧਾਨ ਨੇ, ਉਹਨਾਂ ਨੇ ਇੱਕ ਗੱਲ ਤਾਂ ਵਧੀਆ ਕੀਤੀ ਕਿ ਇਸ ਵਾਰ ਲੋਕ ਸਭਾ ਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਬੇਰੁਜ਼ਗਾਰੀ ਹੈ। ਭਾਈ ਕੌਣ ਬਣਾਊਗਾ, ਬਣਾਓ, ਤੁਹਾਡੇ ਕੋਲ ਤੁਸੀਂ ਕਿਵੇਂ ਬਣਾਓਗੇ? ਮੀਡੀਆ ਤਾਂ ਤੁਹਾਨੂੰ, ਜਿਹੜੇ ਮੀਡੀਆ ਦੀ ਅੱਖ ਚ ਟੀਰ ਹੈ ਉਹਨੂੰ ਤਾਂ ਬੇਰੁਜ਼ਗਾਰੀ ਨਜ਼ਰ ਹੀ ਨਹੀਂ ਆਉਂਦੀ, ਉਹਨੂੰ ਤਾਂ ਇਹ ਵੀ ਨਹੀਂ ਨਜ਼ਰ ਆਉਂਦਾ 4-5 ਸਾਲਾਂ ਲਈ ਅਗਨੀਵੀਰ ਗਏ ਨੇ। ਤੇ ਪਰ ਠੀਕ ਹੈ, ਗੱਲ ਜ਼ਰੂਰ ਹੈ ਜਿਹੜੀ ਸਹੀ ਹੈ ਕਿ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਹੈ। ਖੈਰ ਆਪਾਂ ਹੁਣ ਅਗਲੀ ਗੱਲ ਕਰੀਏ, ਉਹ ਹੈ ਕਿਸਾਨਾਂ ਦੀ। ਦੇਖੋ ਕਿਸਾਨਾਂ ਦਾ ਵਿਰੋਧ ਤਾਂ ਵੱਧ ਰਿਹਾ, ਕਿਸਾਨਾਂ ਦਾ ਕਹਿ ਲਓ, ਇੱਕ ਬੰਦਾ ਮੈਨੂੰ ਕਹਿੰਦੇ ਕਿਸਾਨਾਂ ਦਾ ਨਾ ਕਹਿ ਕਰੋ, ਕਿਸਾਨ ਜਥੇਬੰਦੀਆਂ ਦਾ ਕਹਿ ਲਓ। ਮੈਂ ਕਿਹਾ ਭਾਈ ਚੱਲ ਕਿਸਾਨ ਜਥੇਬੰਦੀਆਂ ਦਾ ਕਹਿ ਦਿੰਦੇ ਹਾਂ, ਵੈਸੇ ਤਾਂ ਉਹ ਵੀ ਤਾਂ ਕਿਸਾਨ ਹੀ ਨੇ। ਸੋ ਕਿਸਾਨਾਂ ਦਾ ਵਿਰੋਧ ਵੱਧ ਰਿਹਾ ਪੰਜਾਬ ਤੇ ਹਰਿਆਣਾ ਦੇ ਵਿੱਚ। ਇਹਦੇ ਖਿਲਾਫ ਜਿਹੜੇ ਵੀ ਉਮੀਦਵਾਰ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ, ਹੁਣ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਨੂੰ ਟਿਕਟ ਦਿੱਤਾ, 3-4 ਵਾਰ ਰਹੇ ਨੇ ਸਾਂਸਦ ਇੱਥੋਂ, ਤੇ ਉਹ ਜਿਹੜੀ ਕਿਸੇ ਸਮੇਂ ਸਟੇਟ ਹੁੰਦੀ ਸੀ, ਇਹ ਨਹੀਂ ਦੇਖਣਾ ਆਪਾਂ ਇਤਿਹਾਸ ਨਾ ਦੇਖੀਏ ਵੀ ਸਟੇਟ ਹਮੇਸ਼ਾ ਹੀ ਪਟਿਆਲਾ ਸਟੇਟ ਰਣਜੀਤ ਸਿੰਘ ਦੇ ਨਾਲ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਹੀਂ ਸੀ, ਹਮੇਸ਼ਾ ਅੰਗਰੇਜ਼ਾਂ ਦੇ ਨਾਲ ਰਹੀ ਜਾਂ ਪਾਵਰ ਦੇ ਨਾਲ ਰਹੀ, ਇਹਦਾ ਇਤਿਹਾਸ ਦੱਸਦਾ। ਉਸੇ ਸਟੇਟ ਦੇ ਇਹ ਸਮਝੋ ਵੀ ਹੁਣ ਮਹਾਰਾਣੀਆਂ ਦਾ ਯੁੱਗ ਤਾਂ ਰਿਹਾ ਨੀ, ਰਾਜੇ ਮਹਾਰਾਜਿਆਂ ਦਾ। ਖੈਰ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਜਦੋਂ ਨਾਭਾ ਪਹੁੰਚੇ, ਲੋਕਾਂ ਨੇ ਨਾਰੇ ਲਾਏ ਔਰ ਕਾਫਲੇ ਨੂੰ ਰੋਕ ਕੇ ਲਾਏ, ਔਰ ਇਹ ਜਿਹੜਾ ਕੋਈ ਨਵੀਂ ਗੱਲ ਨਹੀਂ ਹੋਈ, ਮੈਨੂੰ ਬਹੁਤ ਬਰੀਫ ਰਹਿਣਾ ਕਿਉਂਕਿ ਲਗਾਤਾਰ ਵੱਧ ਰਹੇ। ਤਰਨਜੀਤ ਸਿੰਘ ਸੰਧੂ ਦਾ ਪਹਿਲਾਂ ਅੰਮ੍ਰਿਤਸਰ ਸਾਹਿਬ ਚ ਹੋਇਆ, ਫਿਰ ਹੰਸਰਾਜ ਹੰਸ ਦਾ ਫਰੀਦਕੋਟ ਹੋਇਆ ਸੀ, ਤੇ ਜੇ ਹਰਿਆਣਾ ਦੀ ਗੱਲ ਕਰੀਏ ਉੱਥੇ ਦੂਜਾ ਦਾ ਤਿੱਖਾ ਵਿਰੋਧ ਹੈ, ਦੋਨੇ ਚਟਾਲਿਆਂ ਦਾ, ਪਹਿਲਾਂ ਰਣਜੀਤ ਸਿੰਘ ਚਟਾਲੇ ਦਾ, ਫਿਰ ਦਿਸ਼ਾ ਚਟਾਲੇ ਦਾ, ਕੱਲ ਸੋਨੀਪਤ ਚ ਮੋਹਨ ਲਾਲ ਬੜੌਲੀ ਦਾ। ਜਾਨੀ ਇਹ ਵਿਰੋਧ ਲਗਾਤਾਰ ਵੱਧ ਰਿਹਾ, ਥਾਂ ਥਾਂ ਤੇ ਵੱਧ ਰਿਹਾ। ਹੁਣ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਕਾਫਲੇ ਬਣਾ ਕੇ ਸ਼ਹਿਰਾਂ ਚ ਵੀ ਜਾਵਾਂਗੇ, ਸ਼ਹਿਰਾਂ ਚ ਵੀ ਕਰਾਂਗੇ ਇਸ ਕਿਸਮ ਦੀ। ਤੇ ਇਹਨਾਂ ਚੋਂ ਜਿਹੜਾ ਬੈਠੇ ਨੇ ਸ਼ੰਭੂ ਬਾਰਡਰ, ਉਹਨਾਂ ਦਾ ਲੀਡਰ ਸਰਵਨ ਸਿੰਘ ਪੰਧੇਰ, ਤੇ ਨਾਲ ਉਹਨਾਂ ਦੇ ਗੁਰਮੀਤ ਮਾਂਗਟ, ਮਨਜੀਤ ਸਿੰਘ ਰਾਏ, ਰਵਿੰਦਰ ਸਿੰਘ, ਸਾਰੇ ਗਏ ਸੀ ਕੱਲ ਤਾਮਿਲਨਾਡੂ ਕੋਇੰਬਟੂਰ ਦੇ ਵਿੱਚ, ਇਹਨਾਂ ਨੇ ਪੁਤਲੇ ਫੂਕਣੇ ਸੀ।
खबर जी है जी फड़ ले फड़े फड़े नहीं सी उन्होंने बिठा लिया थोड़ा उदो बाद छड़ता खैर लेकिन गल तो यह है भी किसान एक्ट ने यह दसना चाहते हैं अभी रिहा करता कह लो छड़ता जो मर्जी लेकिन ये नाल ही जड़िया गल आप धड़ेबंदी पता नहीं लगता कौन की होना है हूँ इन्होंने सदा दिता सी किसानों ने 9 अप्रैल रेलवे बंद करा और मैं कल एक स्टेटमेंट देख रहा भारतीय किसान यूनियन शहीद भगत सिंह के प्रधान अमरजीत सिंह कहते जी असं तो अज ही करा 12 बजे तो बाद शंभू के नेड़े अस कर देंगे बंद तो इस तरह ही कल 18 थावां से रोस प्रदर्शन हुए हैं पुतले फूके गए हैं हरियाणा च भी फूके गए हैं सो किसान का जोड़ा 56वें दिन च अंदोलन है इनू आप कई नजर कई एंगल तो देख सकते हैं कि यह लगातार जोड़ा है विरोध कर रहा है खैर हम आप क्योंकि ये बहुत लंबी गल हो सकती है पर अपन अगे बढ़ने की जी है लोड़ है अमृतपाल सिंह की गल कर ली अमृतपाल सिंह डिब्रूगढ़ जेल च और उस पंजाब तब्दील करने पहला भुख हड़ताल उत्थे भी रखी सी इत्थे भी रखी गई उन्होंने पेरेंट्स वालों बाकिया के वालों 10 बंदे होर ने जोड़े ना वो फिर कई तरीके वरतने चेतना मार्च पहला भी किया अज भी करना सी दमदम साहब तो शुरू होना सी लेकिन वो मार्च में रोकने का तरीका पंजाब सरकार इस गलों लोगों के खास तौर पर गम दलिया की कचहरी च है तो उन्होंने परिवार भी फड़ लिया माता गुरविंदर कौर उन्होंने और सुखचैन सिंह ने चाचा ये सब लोग पिता ने दसिया भी जेडे घर पुलिस ने आके छापेमारी की सरदार तरसेम सिंह ने दसिया तो फिर विरोध करना सी विरोध होया जेडे ज्ञानी रघुवीर सिंह ने अकाल तख्त साहब जथेदार रजिंदर सिंह धामी ये सब ने विरोध किया मैं जी अगले हिस्से कुछ खबर लैनिया ना उन्होंने जिक्र छोटा कर ला उन्होंने ब्रीफ ज बहुत बार अगला हिस्सा तुम जो नहीं देख सकते आइडिया हो जाए देखो PGA च एक रिसर्च हुई है उस ये है कि हर दो बंद चो कढ लिए एक बंदा जोड़ा है वो लीवर फैटी लीवर है ये देखो कहदे लई है खराब डाइट लेने मोटापा आ गया जा फिजिकल एक्सरसाइज कोई नहीं करते गतिविधि नहीं है कम भी नहीं करते कोई कोई कारण शराब पीना नहीं कड़ा बड़ा कारण शराब का बड़ा कारण है पर उन्ना बड़ा नहीं पिछले रिसर्च कहती है पिछले 4-5 साल तो शराब ना पी नॉन अलकोहलिक ने उन्होंने भी लीवर फैटी है ये गल करांगे चंडीगढ़ च जिहड़े मरीजा ते होया है 400 मरीज जिहड़े नवे डेली आते हैं 500 पुराने जिनी किस्म का 1000 मरीज डेली आ रहा है PGA च ये सारी गलबात करते हैं कभी यही नहीं आप पंजाब दे विच जिवें कैंसर की बीमारी है ना हर रोज 65 बंदे मरते हैं यानी पिछले साल 23,000 बंदा कैंसर लग गया है तो बहुत वाधा होया खास तौर पर पिछले 10 साल बहुत बार मैं गल की है तो जो देश के नेता ने ना उन्होंने गल समझ लेनी चाहिए है देश का ढिड भरन लई इस पंजाब ने ना सिर्फ अपना पानी खत्म किया ना सिर्फ ये दवाइया पा के अपना पानी जहरीला किया धरती भी कैंसर करा लिया इस सूबे ने देश का ढिड भर ले स्पैशल पैकेज देने लिए कोई गल ही नहीं करता ये गल आप अगले हिस्से करते हैं बाकी प्रशांत किशोर है वैसे तो कहते बहुत बड़ा रणनीतिकार है तो उन्हें हूँ एक नवी गल की जी तो लगता है कि वह मोदी साहब को जिता रहा है तो वह कहना देखो राहुल गांधी जोड़ा है ना हूँ उन्होंने आराम करना चाहिए जे कुछ नहीं होंगे अगली बार जी कांग्रेस नहीं जीती उन्हें होर भी गल की है कहना वायनाड चो जितने का कोई मतलब नहीं जिन्ना चर तुम हिंदी वर्ल्ड चो नहीं जीते तो बाकी कहते राहुल गांधी ने एक भुलेखा है कि वह सब कुछ जानता भाई ये तो सब मोदी साहब कहना नहीं वह तो कहते मेरे तो बड़ा कोई बंदा नहीं यह होंगे हरेक न खैर कनेडा के चोणों की दखलदारी की गल जी मैं कही सी भारत कहते नहीं असं दूजे देश च कोई दखल नहीं देंगे तो एक दो खबर आप जो अगले हिस्से लैनिया ने बंगाल दिया लैनिया ने उत्थे NIA टीम से जोड़ा है हमला किया जी गल की है एक पास मोदी साहब कह रहे हैं कि जी TMC है ये हमले ता करा है पहला होया ED के
ਵੀ ਇਹ ਆਪਣੇ ਭ੍ਰਿਸ਼ਟ ਨੇਤਾਵਾਂ ਨੂੰ ਬਚਾ ਰਹੀ ਹੈ। ਦੂਜੇ ਪਾਸੇ ਕੱਲ ਮਮਤਾ ਬੈਨਰਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਸਾਡੇ ਲੋਕਾਂ ਨੂੰ ਜਿਹੜੇ ਲਗਾਤਾਰ ਚੱਲ ਰਿਹਾ ਹੈ ਕਿ ਦਬਾਅ ਪਾ ਰਹੇ ਨੇ ਕਿ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਇਓ। ਅੱਜ ਕੱਲ੍ਹ ਤਾਂ ਸਲੋਗਨ ਚੱਲ ਗਿਆ ਤਿਹਾੜ ਜਾਂ ਬੀਜੇਪੀ, ਇਸ ਕਿਸਮ ਦੀ ਗੱਲ ਆਪਾਂ ਖਬਰ ਲਵਾਂਗੇ। ਸੰਗਰੂਰ ਤੋਂ ਖਹਿਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਆਪ ਕਹਿ ਰਹੇ ਨੇ ਜੋ ਪਾਰਟੀ ਨੇ ਕਿਹਾ, ਮਤਲਬ ਉਹਨਾਂ ਨੇ ਲਿੰਕ ਹਿੰਟ ਜਿਹਾ ਦਿੱਤਾ ਵੀ ਮੈਂ ਚੋਣ ਲੜ ਸਕਦਾ, ਤੇ ਉਹਨਾਂ ਨੇ ਇਲਜ਼ਾਮ ਲਾਇਆ ਭਗਵੰਤ ਮਾਨ ਤੇ ਕਿ 1000 ਗੰਡਮੈਨ ਨੇ ਇਹਨਾਂ ਕੋਲ, ਪਤਾ ਨਹੀਂ ਇੰਨੇ ਹੈ ਕਿ ਨਹੀਂ ਹੈ। ਰਾਮੂ ਵਾਲੀ ਵੀ ਉੱਠਿਆ ਕਹਿੰਦਾ ਵੀ ਦੇਖੋ ਅਸੀਂ ਬਚਾਉਣਾ ਪੰਜਾਬੀ ਪੰਜਾਬ ਦੀ ਜਵਾਨੀ ਨੂੰ ਕਿਸਾਨੀ ਨੂੰ ਤੇ ਇਹ ਸਾਡਾ ਏਜੰਡਾ ਹੈ। ਦੇਖੋ ਹੁਣ ਚੋਣ ਏਜੰਡਾ ਉਹਨਾਂ ਦਾ ਹੋ ਗਿਆ। ਪਟਿਆਲਾ ਜ਼ਰੂਰ ਬੁਰੀ ਤਰੀਕੇ ਨੇ, ਇੱਕ ਪਾਸੇ ਗਾਂਧੀ ਸਾਹਿਬ ਦੇ ਜਿਹੜੀ ਹੈ ਸ਼ਾਮਿਲ ਹੋ ਗਏ, ਲੱਗਦਾ ਹੈ ਟਿਕਟ ਮਿਲ ਜੂ। ਇਸ ਵਾਰ ਹਰਦਿਆਲ ਕੰਬੋਜ ਜਿਹੜਾ ਹੈ ਉਹ ਬਹੁਤ ਵਿਰੋਧ ਕਰ ਰਿਹਾ ਹੈ, ਲੇਕਿਨ ਇੱਕ ਗੱਲ ਇਹ ਵੀ ਲੋਕ ਕਹਿੰਦੇ ਨੇ ਕਿ ਹਰਦਿਆਲ ਕੰਬੋਜ ਜਾਂ ਉਹਨਾਂ ਦੇ ਬਾਕੀ ਸਾਥੀ ਕੁੜਮ ਜਿਹੜਾ ਜਲਾਲਪੁਰ, ਸਾਰੇ ਹੀ ਪ੍ਰਨੀਤ ਕੌਰ ਜਾਂ ਪੈਲਸ ਦੇ ਕਾਫੀ ਨੇੜੇ ਨੇ, ਜੇ ਇਹਨਾਂ ਦੀ ਗੱਲ ਨਾ ਮੰਨੀ ਗਈ ਭਾਰਤੀ ਜਨਤਾ ਪਾਰਟੀ ਚ ਵੀ ਜਾ ਸਕਦੇ ਨੇ। ਭਾਈ ਕੌਣ ਕੌਣ ਨਹੀਂ ਜਾਊ? ਤੇ ਸੁਰਜੀਤ ਸਿੰਘ ਰੱਖੜਾ, ਉਹਦੇ ਭਰਾ ਜਿਹੜਾ ਦਰਸ਼ਨ ਸਿੰਘ ਧਾਲੀਵਾਲ ਜਿਹੜੇ ਅਮਰੀਕਾ ਰਹਿੰਦੇ ਨੇ, ਉਹ ਵੀ ਤਾਂ ਮੋਦੀ ਸਾਹਿਬ ਦੇ ਨੇੜੇ ਨੇ, ਤੇ ਫਿਰ ਰੱਖੜਾ ਸਾਹਿਬ ਦੀ ਵੀ ਗੱਲ ਚੱਲ ਪਈ, ਉਹ ਵੀ ਜਾ ਰਹੇ ਨੇ। ਪਹਿਲਾਂ ਮਲੂਕਾ ਸਾਹਿਬ ਵੀ ਚੱਲੀ ਹੈ, ਸਾਡੇ ਤਾਂ ਪਤਾ ਹੀ ਨਹੀਂ ਲੱਗਦਾ ਸਿਆਸਤ ਕਿੱਧਰ ਨੂੰ ਜਾ ਰਹੀ ਹੈ। ਇੱਕ ਦੋ ਖਬਰਾਂ ਆਪਾਂ ਲਵਾਂਗੇ ਸਪੋਰਟਸ ਦੀਆਂ। IPL ਜਿਹਦੇ ਵਿੱਚ ਮੁੰਬਈ ਇੰਡੀਅਨ ਜਿੱਤੀ ਹੈ ਦਿੱਲੀ ਨੂੰ ਹਰਾ ਕੇ, ਦੂਜਾ ਆਸਟ੍ਰੇਲੀਆ ਦੇ ਦੂਜੇ ਮੈਚ ਵਿੱਚ ਵੀ ਭਾਰਤ ਹਾਰ ਗਿਆ, ਪਰ ਇਸ ਵਾਰ 4-2 ਨਾਲ ਹਾਰਿਆ, ਇਹ ਵੀ ਗੱਲ ਕਰਾਂਗੇ। ਇੱਕ ਕੁੜੀ ਦੀ ਮੈਂ ਖਬਰ ਬੜੀ ਦਿਲਚਸਪ ਹੈ, ਬੱਚੀ ਉਹਦੀ ਛੋਟੀ ਬੱਚੀ ਨੂੰ ਬਾਂਦਰ ਪੈ ਗਿਆ ਤੇ ਅਲੈਕਸਾ ਜਿਹੜੇ ਲੋਕ ਸਮਝਦੇ ਨੇ ਉਹਨੇ ਇੱਕੋ ਦਮ ਜਿਹਨੂੰ ਪ੍ਰੈਜੈਂਸ ਆਫ ਮਾਇੰਡ ਬੱਚੀ ਨੇ ਅਲੈਕਸਾ ਨੂੰ ਕਹਿਤਾ ਵੀ ਜਿਹੜਾ ਕੁੱਤੇ ਭੌਂਕਣ ਦੀ ਆਵਾਜ਼ ਲਗਾ, ਤੇ ਉਹਦੇ ਨਾਲ ਬਾਂਦਰ ਡਰ ਕੇ ਉਹਨੇ ਬਚਾ ਲਿਆ ਮਤਲਬ ਉਸਨੂੰ। ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਸੀ, ਉਹ ਆਪਣੇ ਆਪ ਚ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਮੈਡੀਕਲ ਟੂਰਿਜ਼ਮ ਹੈ ਉਹ ਇੰਡੀਆ ਦਾ ਬਹੁਤ ਵਧੀਆ ਹੋ ਸਕਦਾ, ਇੱਥੇ ਬਹੁਤ ਸਸਤੇ ਨੇ, ਇਸ ਵਾਰ ਬਹੁਤ ਲੋਕ ਆਉਣਗੇ ਇਹ ਕਿਹਾ ਗਿਆ। ਹੁਣ ਜਿਵੇਂ ਬਾਈਪਾਸ ਆਉਣਾ, ਹਾਰਟ ਬਾਈਪਾਸ ਹੈ, ਜੇ UK ਚ ਕਰਾਉਣਾ, ਜੇ ਰੁਪਇਆਂ ਚ ਦੇਖੀਏ 15 ਲੱਖ ਲੱਗਦੇ ਨੇ, ਤੇ ਅਮਰੀਕਾ ਚ 14 ਲੱਖ, ਜੇ ਭਾਰਤ ਚ ਕਰਾਉਣਾ ਹੋਵੇ 4 ਲੱਖ। ਬਿਲਕੁਲ ਜਿਵੇਂ ਹਿਪ ਰੀਪਲੇਸਮੈਂਟ ਹੈ, ਸਾਡੇ ਤਾਂ 3.5 ਲੱਖ ਚ ਹੋ ਜਾਂਦੀ ਹੈ, ਅਮਰੀਕਾ ਚ 16 ਲੱਖ ਤੱਕ ਲੱਗਦੇ ਨੇ। ਸਭ ਤੋਂ ਤਾਂ ਅੱਖਾਂ ਦਾ ਸਸਤਾ ਕੰਮ ਹੈ, ਮੋਤੀਆ ਬਿੰਦ ਦਾ ਆਪਰੇਸ਼ਨ ਕਰਾਉਣਾ, ਮਤਲਬ ਕਿ ਫਰਾਂਸ ਜਾਂ UK ਚ ਲੱਖਾਂ ਰੁਪਏ ਲੱਗਦੇ ਨੇ, ਸਾਡੇ ਸਿਰਫ 60,000 ਚ ਚੱਜਾਂ ਦਾ ਕੰਮ। ਇਹ ਖਬਰ ਲਵਾਂਗੇ, ਹੋਰ ਬਹੁਤ ਸਾਰੀਆਂ ਖਬਰਾਂ ਜਿੰਨਾ ਕੁ ਆਪਾਂ ਨੂੰ ਵਕਤ ਮਿਲਿਆ ਕਰਾਂਗੇ ਗੱਲ ਤੁਹਾਡੇ ਨਾਲ। ਤੇ ਜਿਹੜਾ ਅਗਲਾ ਹਿੱਸਾ ਜਿਹੜਾ ਤੁਸੀਂ ਸੁਣੋਗੇ ਉਹ 10 ਵਜੇ ਤੋਂ ਬਾਅਦ ਆਉਂਦਾ ਹੈ। YouTube ਤੇ Facebook ਤੇ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਹੁਣ ਲੈਂਦੇ ਇੱਕ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
4K सेट टॉप बॉक्स के रिमोट का मेन्यू बटन दबाएं, फिर डिलीट ऑल पर जाकर ओके करें। उसके बाद इनपुट पासवर्ड भरें 0000 यानी कि 4 बार 0। अब यस पर जाएं और ओके के लिए नीला बटन दबाएं। अब सैटेलाइट लिस्ट पर आएं और ओके बटन दबाएं। इसके बाद ब्लाइंड स्कैन पर आएं और सर्च करो। स्कैन में थोड़ा टाइम लगेगा। अब स्कैन हो चुका है तो अब आप देख सकते हैं आपका अपना मनपसंद चैनल चढ़ती कला टाइम टीवी। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को। सब्सक्राइब करो चढ़ती कला टाइम टीवी नु अते लेटेस्ट अपडेट पाने के लिए प्रेस करो बेल आइकन नु। सब्सक्राइब करो चढ़ती कला टाइम टीवी नॉर्थ अमेरिका नु अते लेटेस्ट अपडेट पाने वास्ते प्रेस करो बेल आइकन नु। सब्सक्राइब करो चढ़ती कला टाइम टीवी नॉर्थ अमेरिका नु अते लेटेस्ट अपडेट पाने वास्ते प्रेस करो बेल आइकन नु। सब्सक्राइब करो चढ़ती कला टाइम टीवी प्राइम नो अते लेटेस्ट अपडेट पाने वास्ते प्रेस करो बेल आइकन नो। चढ़ती कला टाइम टीवी देख सकते हां डीडी फ्री डिश एमपैक 4 ते देखने लिए अपने सेटअप बॉक्स ऑटो स्कैन करो। एक करना किदा है आओ तुहानू दसते हां। सब तो पहला डीडी फ्री डिश एमपैक 4 दे सेटअप बॉक्स दे रिमोट दा मेन्यू बटन दबाओ, फिर डिलीट ऑल ते जाओ, ओके करो। इस तो बाद इनपुट पासवर्ड परो 0000 यानी कि 4 बार 0। हुन यस ते जाओ अते ओके वास्ते नीला बटन दबाओ। हुन सैटेलाइट लिस्ट ते आओ अते ओके बटन दबाओ। इस तो बाद ब्लाइंड स्कैन ते आओ अते सर्च करो। स्कैनिंग विच थोड़ा टाइम लगेगा। हुन स्कैन हो चुका है सो हुन तुसी देख सकते हो तुहाडा मन पसंदीदा चैनल चढ़ती कला टाइम टीवी। सब्सक्राइब करो चढ़ती कला टाइम टीवी नु अते लेटेस्ट अपडेट पाउन दे लई प्रेस करो बेल आइकन नु। गुरबाणी न्यूज़ म्यूजिक एंटरटेनमेंट शो जक्की से तरह दा कोई भी कंटेंट वेखन दे लई प्ले स्टोर तो हुणे डाउनलोड करो चढ़ती कला मीडिया नेटवर्क ऐप। अब आप चढ़ती कला टाइम टीवी देख सकते हैं डीडी फ्री डिश एमबैक 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले डीडी फ्री डिश एमबैक 4 के सेटअप बॉक्स के रिमोट पर नजर। ब्रेक तो बाद थोड़ा फिर स्वागत। पहले दसो एक दो खबर आप हेल्थ नाल संबंधित सेहत नाल संबंधित ले लें। देखो जिहड़ी एक बड़ी समस्या देश दे विच है पंजाब खास तौर जिथे भी लोग ज्यादा घ्यो खांदे ने ज्यादा बाहरला खाना खांदे ने उहदे नाल लिवर फैटी होण दे चांसिस वध जांदे। पीजीआई की रिपोर्ट हो सकता होर भी हो मैं पीजीआई तो चंडीगढ़ की रिपोर्ट के हवाले नाल ये गल कर लिया। हर 2 बंदियां दे विचों 2 पेशेंट दे विचों 1 बंदे का लीवर फैटी है ये रिपोर्ट ये कहती है ये जिहड़ी खोज की है। फिर क्यों होंगे डाइट जिहदी ठीक नहीं जिहदी खुराक ठीक नहीं वह जिहदे ते मोटापा है जिहड़ा फिजिकल
ਜਿਹੜੀ ਕੋਈ ਕੰਮ ਨਹੀਂ ਕਰਦਾ, ਐਕਟੀਵਿਟੀ ਘੱਟ ਰਹੇ ਫਿਜ਼ੀਕਲੀ, ਜਿਹੜੀਆਂ ਜਿਹੜੀਆਂ ਸਰੀਰਕ ਗਤੀਵਿਧੀਆਂ ਉਹ ਘੱਟ ਨੇ, ਪੱਖਾ ਲਿਆ ਪੈ ਗਏ, ਐਕਸਰਸਾਈਜ਼ ਨਹੀਂ ਕਰਨੀ, ਹਾਲਾਂਕਿ ਲੋਕ ਕੁਛ ਜਿੰਮ ਜਾਣ ਲੱਗੇ ਨੇ ਹੁਣ, ਇਹ ਇੱਕ ਵੱਡਾ ਕਾਰਨ। ਫਿਰ ਪਤਾ ਪੁੱਛਿਆ ਸ਼ਰਾਬ ਪੀਣਾ, ਸ਼ਰਾਬ ਪੀਣ ਨਾਲ ਵੀ ਹੁੰਦਾ ਹੈ, ਬਹੁਤ ਜਿਹੜੇ ਜ਼ਿਆਦਾ ਸ਼ਰਾਬ ਪੀਂਦੇ ਨੇ ਲੀਵਰ ਸਿੱਧੇ ਇਫੈਕਟ ਕਰਦਾ। ਵੈਸੇ ਇਹ ਖੋਜ ਕਹਿੰਦੀ ਹੈ ਕਿ ਸ਼ਰਾਬ ਪੀਣ ਵਾਲਿਆਂ ਦਾ 20% ਹੀ ਹੈ ਇਹ, 80% ਦੂਜੇ ਨੇ, 20% ਨੇ, 80% ਨੋਨ ਅਲਕੋਹਲਿਕ ਨੇ। ਇਹਦੀ ਜ਼ਰੂਰੀ ਨਹੀਂ ਕਿ ਸ਼ਰਾਬ ਪੀਣ ਵਾਲੇ ਹੀ ਲੀਵਰ ਫੈਟੀ ਦੇ ਪੇਸ਼ੈਂਟ ਹੋਣ, ਫੈਟੀ ਲੀਵਰ ਕਿਸੇ ਦਾ ਵੀ ਹੋ ਸਕਦਾ, ਇਹ ਉਹਨਾਂ ਨੇ ਕਿਹਾ। ਤੀਜੇ ਇਹ ਕਹਿੰਦਾ ਜੀ ਹਰ ਰੋਜ਼ ਸਾਡੇ ਕੋਲ 1000 ਪੇਸ਼ੈਂਟ ਆਉਂਦੇ ਨੇ, ਜਿਹਨਾਂ ਚੋਂ 500 ਤਾਂ ਪੁਰਾਣੇ ਹੁੰਦੇ ਨੇ, 400 ਨਵੇਂ ਓਪੀਡੀ ਦੇ ਵਿੱਚ ਆਉਂਦੇ ਨੇ, ਇਸ ਤਰ੍ਹਾਂ ਦਾ ਹੈ। ਤੇ 50% ਨੂੰ, 50-60% ਉਹਨਾਂ ਨੂੰ ਲੀਵਰ ਸਰੋਸਿਸ ਹੁੰਦਾ। ਤੇ ਮਾੜੀ ਗੱਲ ਤਾਂ ਇਹ ਹੈ ਵੀ ਸਰੋਸਿਸ ਦੇ ਨਾਲ 40% ਐਸੇ ਵੀ ਨੇ ਜਿਹਨਾਂ ਨੂੰ ਕੈਂਸਰ ਵੀ ਹੋ ਜਾਂਦਾ। ਤੇ ਇਹ ਜਿਹੜਾ ਹੈ ਬੱਚੇ ਵੀ ਆਉਣ ਲੱਗ ਗਏ, ਜਿਹੜੀ ਗੱਲ ਇਹ ਮਾੜੀ ਹੋ ਰਹੀ ਹੈ, ਲੇਕਿਨ ਇਹਦੇ ਚ ਜ਼ਿਆਦਾ ਇਹ ਲੈ ਕਿ ਖੁਰਾਕ ਜਿਹੜੀ ਹੈ ਉਹ ਸਾਡੀ ਠੀਕ ਨਹੀਂ, ਨੰਬਰ 1 ਖੁਰਾਕ, ਨੰਬਰ 2 ਸਾਡਾ ਫਿਜ਼ੀਕਲ ਐਕਟੀਵਿਟੀਜ਼ ਘੱਟ ਹੋ, ਇਹ ਜ਼ਿਆਦਾ ਇਹਦਾ ਕਾਰਨ ਦੱਸਿਆ ਗਿਆ ਹੈ ਇਸ ਖੋਜ ਦੇ ਵਿੱਚ। ਹੁਣ ਆਪਾਂ ਇਹਦੇ ਨਾਲ ਹੀ ਸੰਬੰਧ ਇਹਦੇ ਹੈ, ਇਹਦੇ ਨਾਲ ਲਿਵਰ ਕੈਂਸਰ ਵੀ ਹੋ ਜਾਂਦਾ ਨਾ। ਹੁਣ ਜੇ ਕੈਂਸਰ ਦੀ ਗੱਲ ਕਰੀ ਤਾਂ ਆਪਾਂ ਖਬਰਾਂ ਹਰ ਰੋਜ਼ ਦੇਖਦੇ ਹਾਂ, ਕੱਲ੍ਹ ਚਲੋ ਜਿਹਦੇ ਕੋਲ ਪੈਸਾ ਹੈ ਜਿਹੜੇ ਅਵੇਅਰ ਨੇ, ਤੇ ਅਸੀਂ ਤਾਂ ਸ਼ੁਭ ਸ਼ਾਵਾਂ ਵੀ ਦਿੱਤੀਆਂ ਨਵਜੋਤ ਕੌਰ ਸਿੱਧੂ ਨੂੰ ਕਿ ਉਹ ਆ ਗਏ ਨੇ। ਬਹੁਤ ਸਾਰੇ ਲੋਕ ਜਿਹੜੇ ਕੈਂਸਰ ਦੇ ਨਾਲ ਜਿਹੜੇ ਦੁਨੀਆਂ ਤੋਂ ਜਾਂਦੇ ਨੇ। ਹੁਣ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕੈਂਸਰ ਹੈ ਉਹਦੇ ਨਾਲ 65 ਬੰਦੇ ਡੇਲੀ ਹਰ ਰੋਜ਼ ਤੁਰਦੇ ਨੇ ਇੱਥੇ ਕੈਂਸਰ ਦੇ ਨਾਲ। ਤੁਸੀਂ ਇਹ ਦੇਖੋ ਇਹੀ ਅੰਕੜਾ 10 ਸਾਲਾਂ ਚ ਫਰਕ, 2012 ਦਾ ਅੰਕੜਾ ਕੀ ਕਹਿੰਦਾ ਹੈ, ਉਹ ਕਹਿੰਦੇ 18 ਬੰਦੇ ਹਰ ਰੋਜ਼ ਮਰਦੇ ਸੀ ਉਦੋਂ 12 ਦੇ ਵਿੱਚ, ਤੇ ਹੁਣ ਵੱਧ ਗਿਆ, 14 ਚ 53 ਹੋ ਗਏ, 17 ਚ 56 ਹੋ ਗਏ, ਹੁਣ 65 ਹੋ ਗਏ। ਤੇ ਜ਼ਿਆਦਾ ਕਿੱਥੇ ਮਰਦੇ ਨੇ, ਕੈਂਸਰ ਜ਼ਿਆਦਾ ਕਿੱਥੇ ਹੈ, ਮਾਲਵੇ ਦੇ ਵਿੱਚ, ਮਾਲਵੇ ਚ ਮਾਨਸਾ, ਬਠਿੰਡਾ, ਮੁਕਤਸਰ ਸਾਹਿਬ, ਬਰਨਾਲਾ, ਫਾਜ਼ਿਲਕਾ, ਇੱਥੇ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਉਹ ਕੈਂਸਰ ਟ੍ਰੇਨ ਵੀ ਤਾਂ ਆਪਾਂ ਉਹਦੇ ਬਾਰੇ ਬਹੁਤ ਚਰਚਾ ਰਹੀ ਹੈ ਕਿਸੇ ਟਾਈਮ, ਹੁਣ ਮੌਤਾਂ ਬਹੁਤ ਨੇ। ਹੁਣ ਦੇਖੋ 2020 ਦੇ ਵਿੱਚ 22,200 ਮੌਤਾਂ ਕੈਂਸਰ ਨਾਲ ਹੋਈਆਂ, 22 ਦੇ ਵਿੱਚ 23,000 ਹੋ ਗਈ, ਯਾਨੀ ਇੱਕ ਸਾਲ ਦੇ ਵਿੱਚ 23,000 ਮੌਤਾਂ ਕੈਂਸਰ ਨਾਲ। ਤੇ ਅੱਜ ਕੱਲ੍ਹ ਬੜੀ ਹਾਲਤ ਹੈ, 105 ਮਰੀਜ਼ ਐਵਰੇਜ ਔਸਤਨ ਡੇਲੀ ਆ ਰਹੇ ਨੇ। ਇਹ ਸਾਡਾ ਜਿਹੜਾ ਹੈ ਕੈਂਸਰ ਦੇ ਮਾਮਲੇ ਦੇ ਵਿੱਚ ਇਸ ਕਿਸਮ ਦੀ ਜਿਹੜੀ ਹੈ ਰਿਪੋਰਟ। ਹੁਣ ਰੌਲਾ ਤਾਂ ਇਹ ਹੈ ਕਿ ਇਹਦੇ ਚ ਲੋਕ ਕੀ ਕਰਨ, ਜਦੋਂ ਮੈਂ ਦੱਸਿਆ ਕਿ ਸਾਡੇ ਤਾਂ ਧਰਤੀ ਨੂੰ ਕੈਂਸਰ ਹੋ, ਪਾਣੀ ਸਾਡਾ, ਹਾਲਾਂਕਿ ਹੁਣ ਕੋਸ਼ਿਸ਼ ਹੈ ਸਰਕਾਰ ਦੀ ਕੋਈ ਸਹੀ ਪਾਣੀ ਮਿਲੇ, ਖਾਦਾਂ ਨਾਲ ਦਵਾਈਆਂ ਨਾਲ ਝੋਨਾ ਬੀਜਣ ਤੋਂ ਬਾਅਦ ਧਰਤੀ ਔਰ ਧਰਤੀ ਹੇਠਲਾ ਪਾਣੀ ਵੀ ਖਰਾਬ ਹੋ ਗਿਆ। ਹੁਣ ਤਾਂ ਜੇ ਦੁੱਧ ਪੀਂਦੇ ਹਾਂ ਉਹ ਵੀ ਸਾਫ਼ ਨਹੀਂ, ਕਿਉਂਕਿ ਡੰਗਰਾਂ ਨੇ ਤਾਂ ਕੁਛ ਜਿਹੜੇ ਚਾਰਾ ਖਾਣਾ ਉਹ ਵੀ ਤਾਂ ਉਸ ਤਰ੍ਹਾਂ ਦੇ ਆਉਂਦਾ, ਉਸੇ ਧਰਤੀ 'ਚ ਆਉਂਦੇ। ਸੋ ਬਹੁਤ ਵੱਡੀ ਸਮੱਸਿਆ ਸਿਹਤ ਦੇ ਅੰਦਰ ਤੋਂ ਪੈ ਸਕਦੀ ਹੈ। ਆਪਾਂ ਇੱਕ ਗੱਲ ਕੀਤੀ ਸੀ ਕਿ ਦੇਸ਼ ਭਾਵੇਂ ਕੁਛ ਹੋ, ਡਾਕਟਰਾਂ ਦੀ ਤਾਂ ਕਮੀ ਹੈ, ਇਹਦੇ 'ਚ ਕੋਈ ਦੋ ਰਾਹ ਨਹੀਂ, ਸਾਡੇ ਦੇਸ਼ ਦੇ ਵਿੱਚ ਡਾਕਟਰ ਬਹੁਤ ਕਮੀ ਹੈ। ਮਤਲਬ ਇਹ ਹਾਲ ਹੋਇਆ ਪਿਆ ਹੈ ਕਿ ਅਸੀਂ ਤਾਂ 3-4 ਡਾਕਟਰ ਲੱਖ ਦੇ ਪਿੱਛੇ ਆਉਂਦੇ ਨੇ, ਬਹੁਤ ਘੱਟ ਹੈ ਡਾਕਟਰ, ਲੇਕਿਨ ਮੈਡੀਕਲ ਟੂਰਿਜ਼ਮ ਬਹੁਤ ਵੱਧ ਰਿਹਾ। ਮੈਡੀਕਲ ਟੂਰਿਜ਼ਮ ਇਹ ਹੁੰਦਾ ਹੈ ਕਿ ਅਸੀਂ ਵੀ ਜਿਹੜੇ ਜਿਹਨੇ ਕਹਿੰਦੇ ਪ੍ਰਵਾਸੀ ਆਉਂਦੇ ਨੇ, ਉਹਨਾਂ ਦਾ ਦੋ ਵੱਡੇ ਕਾਰਨ ਆਉਂਦੇ ਨੇ ਵੀ ਨਾਲ ਤਾਂ ਮਿਲਿਆ ਵਾਂਗੇ, ਨਾਲੇ ਮੈਡੀਕਲੀ ਜਿਹੜੇ ਬਜ਼ੁਰਗ ਆਉਂਦੇ ਨੇ ਖਾਸ ਤੌਰ ਤੇ 50-60 ਸਾਲ ਤੋਂ ਬਾਅਦ, ਉਹਨਾਂ ਦਾ ਅੱਖਾਂ ਦਾ, ਦੰਦਾਂ ਦਾ, ਇਹ ਆਮ ਕੰਮ ਹੁੰਦਾ ਕਿਉਂਕਿ
ਇੱਥੇ ਕੈਨੇਡਾ ਅਮਰੀਕਾ ਨਾਲੋਂ ਕਿਤੇ ਸਸਤਾ ਜਿਹੜਾ ਹੈ ਅਨਾਜ ਹੈ। ਹੁਣ ਇਸ ਬਾਰੇ ਕਿਹਾ ਜਾ ਰਿਹਾ ਕਿ 12,000 ਤੋਂ ਵੱਧ ਗੋਰੇ ਇੰਡੀਆ ਆਉਣਗੇ ਅਨਾਜ ਕਰਾਉਣ। ਕਿਉਂ ਕਰਾਉਂਦੇ ਨੇ? ਕਿਉਂਕਿ ਇੱਥੇ ਸਸਤਾ। ਮੈਂ ਤਾਂ ਇਸੇ ਕਰਕੇ ਹੈਰਾਨ ਸੀ ਜੋ ਰਾਘਵ ਚੱਡਾ ਉੱਥੇ ਇਲਾਜ ਕਰਾਉਣ ਗਿਆ, ਲੋਕ ਇੱਥੇ ਆਉਂਦੇ ਨੇ ਉੱਥੇ ਇਲਾਜ ਕਰਾਉਣ ਗਿਆ, ਗ੍ਰਿਫਤਾਰੀ ਤੋਂ ਬਚਣ ਗਿਆ, ਜਦੋਂ ਉਹਨਾਂ ਦੀ ਪਾਰਟੀ ਤੇ ਇੰਨਾ ਜ਼ਿਆਦਾ ਕ੍ਰਾਈਸਿਸ ਆਇਆ ਹੋਇਆ। ਉਸ ਵੇਲੇ ਉਹ ਬੰਦਾ ਜਿਹੜਾ ਆਪਣੇ ਆਪ ਨੂੰ ਸੁਪਰ ਸੀਐਮ ਕਹਿੰਦਾ ਸੀ ਉਹ ਇੱਥੋਂ ਬਾਹਰ ਹੈ। ਉਹੀ ਤਾਂ ਸਵਾਲ ਤਾਂ ਉੱਠਦੇ ਨੇ ਨਾ, ਇਕੱਲਿਆਂ ਇਲਾਜ ਕਰਾਉਣ ਵਾਲੀ ਗੱਲ ਤੇ ਇਲਾਜ ਤਾਂ ਲੋਕ ਇੱਥੇ ਆਉਂਦੇ ਨੇ 12,000 ਬੰਦੇ ਦੇ। ਮੈਂ ਤੁਹਾਨੂੰ ਦੱਸ ਰਿਹਾ ਕਿਉਂ ਆਉਂਦੇ ਨੇ ਉਹ ਦੇਖ ਲਈਏ। ਭਾਰਤ ਦੇ ਵਿੱਚ ਜਿਹੜਾ ਇਲਾਜ ਆ ਹਾਰਟ ਬਾਈਪਾਸ, ਤੁਹਾਨੂੰ ਅੰਦਾਜ਼ਾ ਲੱਗ ਗਿਆ ਤੁਹਾਨੂੰ, ਯੂਕੇ ਚ ਜੇ ਜਿਹੜਾ ਕਰਦਾ 15 ਲੱਖ ਰੁਪਏ ਲੱਗਦੇ ਨੇ ਰੁਪਇਆਂ ਚ, ਫਰਾਂਸ ਦੇ ਵਿੱਚ 13 ਲੱਖ ਲੱਗਦੇ ਨੇ, ਅਮਰੀਕਾ ਦੇ ਵਿੱਚ 14 ਲੱਖ ਲੱਗਦੇ ਨੇ, ਭਾਰਤ 4 ਲੱਖ ਲੱਗਦੇ। ਬਿਲਕੁਲ ਉਹ ਕੋਈ ਪਤਾ ਨੀ ਲੱਗਦਾ। ਮੈਂ ਇੱਕ ਵਾਰੀ 11 ਦੀ ਗੱਲ ਹੈ, ਕੈਨੇਡਾ ਦੇ ਵਿੱਚ ਕਿਤੇ ਅਚਾਨਕ ਹੀ ਅਟੈਕ ਹੋਇਆ ਤੇ ਸਟੰਟਿੰਗ ਹੋਈ, ਤੇ ਮੈਂ ਜਦੋਂ ਬਿੱਲ ਦੇਖਿਆ, ਹਾਲਾਂਕਿ ਇੰਸ਼ੋਰੈਂਸ ਤੁਸੀਂ ਮੈਂ ਨਹੀਂ ਪੇ ਕਰਨਾ ਸੀ, ਤੇ 7-8 ਲੱਖ ਰੁਪਏ ਦਾ, ਇੱਥੇ 1.5-2 ਲੱਖ ਚੱਲਦਾ ਸਾਡੇ ਇੰਡੀਆ ਚ ਜੇ ਕੋਈ ਸਟੈਂਟ ਪੈਂਦਾ। ਚਲੋ, ਹਿਪ ਰਿਪਲੇਸਮੈਂਟ ਅੱਜ ਕੱਲ੍ਹ ਬੜੀ ਕਾਮਨ ਹੈ, ਯੂਕੇ ਚ 9 ਲੱਖ, ਫਰਾਂਸ ਚ 8 ਲੱਖ, ਅਮਰੀਕਾ ਚ 16 ਲੱਖ, 16 ਲੱਖ ਰੁਪਏ ਲੱਗਦਾ। ਤੇ ਜਦੋਂ ਅਗਲੀ ਜਿਹਦੇ ਬਹੁਤ ਜ਼ਿਆਦਾ ਆਉਂਦੇ ਨੇ, ਆਪਾਂ ਕਹਿੰਦੇ ਭਾਰਤ ਚ ਵੈਸੇ ਜਿਹੜਾ ਹਿਪ ਰਿਪਲੇਸਮੈਂਟ 3 ਲੱਖ 3.5-3 ਲੱਖ ਚ ਹੋ ਜਾਂਦੀ ਹੈ। ਤੇ ਮੋਤੀਆ ਦਾ ਆਪਰੇਸ਼ਨ ਅੱਖਾਂ ਦਾ ਭਾਰਤ ਚ ਬੜਾ ਸਸਤਾ ਹੈ, 60,000 ਚ, ਤੇ ਜੇ ਅਮਰੀਕਾ ਚ ਕਰਾਉਣਾ ਹੋਵੇ 2.25-2 ਲੱਖ 2.5 ਲੱਖ ਰੁਪਏ, ਫਰਾਂਸ ਦੇ ਵਿੱਚ 1 ਲੱਖ ਤੋਂ ਘੱਟ ਉੱਥੇ ਵੀ ਨਹੀਂ, ਯੂਕੇ ਚ ਤਾਂ ਕਾਫੀ ਮਹਿੰਗਾ 3.5-3 ਲੱਖ ਤੋਂ ਉੱਤੇ ਸਿਰਫ ਅੱਖਾਂ ਦਾ ਆਪਰੇਸ਼ਨ। ਸੋ ਸਾਡੇ ਇੱਥੇ ਇਸ ਗੱਲੋਂ ਬਹੁਤ ਜਿਹੜਾ ਹੈ ਫਾਇਦਾ ਹੈ, ਜਾਂ ਸਮਝੋ ਵੀ ਸਸਤਾ ਹੈ ਸਿਸਟਮ। ਇੱਕ ਜਿਹੜੀ ਖਬਰ ਮੈਂ ਤੁਹਾਨੂੰ ਦੱਸੀ ਸੀ, ਉਹਦੇ ਉਹ ਖਬਰ ਤਾਂ ਇਹ ਹੈ ਕਿ ਅਲੈਕਸਾ ਹੁੰਦੀ ਹੈ, ਡਿਵਾਈਸ ਹੈ, ਆਪਣੇ ਵੀ ਹੁਣ ਤਾਂ ਇੰਡੀਆ ਚ ਪਾਪੂਲਰ ਹੋ ਗਈ ਹੈ, ਲੇਕਿਨ ਬਾਹਰ ਤਾਂ ਲਾਈਟ ਆਫ ਕਰਾਉਣੀ ਹੈ, ਟੀਵੀ ਚਲਾਉਣਾ ਹੈ, ਬੰਦ ਕਰਨਾ ਹੈ, ਸਿਰਫ ਇਹੀ ਕਹਿਣਾ ਹੁੰਦਾ ਹੈ ਅਲੈਕਸਾ ਔਨ ਦਾ ਲਾਈਟ, ਆਫ ਦਾ ਲਾਈਟ ਆਫ ਕਰ ਦਿੰਦੀ ਹੈ। ਤੇ ਜੇ ਕੋਈ ਗਾਣਾ ਸੁਣਨਾ ਹੈ ਅਲੈਕਸਾ ਸਿੰਗ ਆਈ ਵਾਂਟ ਸੈਡ ਸੌਂਗ, ਉਹ ਸੈਡ ਸੌਂਗ ਲਾ ਦਊ, ਡਾਂਸਿੰਗ ਸੌਂਗ ਡਾਂਸ ਲਾ ਦਊ, ਯਾਨੀ ਇਸ ਤਰ੍ਹਾਂ ਉਹਦਾ ਹੈ ਉਹ ਡਿਵਾਈਸ। ਉਹ ਏਰੀਆ ਚ ਵੀ ਆ ਗਈ, ਇੱਥੇ ਉੱਤਰ ਪ੍ਰਦੇਸ਼ ਦਾ ਜਿਹੜਾ ਬਸਤੀ, ਉੱਥੇ ਕਿਸਦੇ ਘਰ ਚ ਸੀ ਇਹ, ਤੇ ਘਰ ਦੇ ਵਿੱਚ ਦੋਨੇ ਭੈਣਾਂ ਸੀ, ਜਿਹੜੀ ਵੱਡੀ ਕੁੜੀ ਹੈ 13 ਸਾਲ ਦੀ, ਛੋਟੀ ਵਾਲੇ 15 ਮਹੀਨੇ ਦੀ, 1.5 ਸਾਲ ਦੀ, ਮਤਲਬ ਸਮਝੋ 12-1.25 ਸਾਲ ਦੀ ਸੀ। ਤੇ ਹੋਇਆ ਕਿ ਬਾਂਦਰ ਜਿਵੇਂ ਸ਼ਿਮਲੇ ਪੈਂਦੇ ਨੇ ਕਈ ਵਾਰੀ, ਤੇ ਇਹ ਘਰ ਚ ਬਾਂਦਰ ਵੜ ਗਏ, ਇੱਕੋ ਦਮ ਪ੍ਰੈਜੈਂਸ ਆਫ ਮਾਈਂਡ ਆ ਜਿਹੜੇ ਅਲੈਕਸਾ ਪਈ ਹੈ, ਉਹਨੇ ਕਿਹਾ ਕਿ ਕੁੱਤੇ ਭੌਂਕਣ ਦੀ ਆਵਾਜ਼, ਅਲੈਕਸਾ ਡੋਗ ਵਰਕਿੰਗ, ਉਹ ਜਦੋਂ ਉਹਨੇ ਆਵਾਜ਼ ਉੱਚੀ ਕਰਕੇ ਤੇ ਕੁੱਤੇ ਜਿਹੜੇ ਹੈ ਉਹ ਭੌਂਕੇ ਤੇ ਬਾਂਦਰ ਭੱਜ ਕੇ ਛੱਡ ਕੇ ਚਲੇ ਗਏ, ਤੇ ਉਹਨੇ ਬੱਚੀ ਨੂੰ ਬਚਾ ਲਿਆ, ਆਪਣੇ ਆਪ ਨੂੰ ਬਚਾ ਲਿਆ। ਹੁਣ ਇਹ ਗੱਲ ਜਿਹੜੀ ਹੈ, ਮਹਿੰਦਰਾ ਗਰੁੱਪ ਹੈ, ਬਹੁਤ ਵੱਡਾ ਗਰੁੱਪ ਹੈ ਦੇਸ਼ ਦਾ, ਉਹਨੇ ਆਨੰਦ ਮਹਿੰਦਰਾ ਨੇ ਸੁਣ ਲਈ, ਤੇ ਆਨੰਦ ਮਹਿੰਦਰਾ ਨੇ ਹੁਣ ਇਹ ਕਿਹਾ ਕਿ ਵੀ ਇਹ ਕੁੜੀ ਬਹੁਤ ਸਿਆਣੀ ਹੈ, ਇਹਨੇ ਟੈਕਨੋਲੋਜੀ ਨੂੰ ਬੜੇ ਮੌਕੇ ਤੇ ਵਰਤ ਕੇ ਆਪਣੀ ਭੈਣ ਨੂੰ ਬਚਾਇਆ, ਇਸ ਨੂੰ ਮੈਂ ਇੱਕ ਆਫਰ ਕਰਦਾ ਕਿ ਜਦੋਂ ਵੀ ਇਹਦੀ ਐਜੂਕੇਸ਼ਨ ਪੂਰੀ ਹੁੰਦੀ ਹੈ ਤਾਂ ਉਹ ਸਾਡੇ ਨਾਲ ਜਿਹੜਾ ਹੈ ਜੁਆਇਨ ਕਰ ਸਕਦੇ। ਚਲੋ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਪਰ ਜਿਹੜੀ ਟੈਕਨੋਲੋਜੀ ਹੈ ਉਹਦਾ ਫਾਇਦਾ ਵੀ ਹੁੰਦਾ। ਹਾਕੀ ਸਾਡੀ ਬੜੀ ਵਧੀਆ ਗੇਮ ਹੈ, ਪਿਆਰੀ ਗੇਮ ਹੈ, ਬਹੁਤ ਕ੍ਰਿਕਟ ਨੇ ਆਪਣੇ ਡੋਮੀਨੇਟ ਕਰ ਲਿਆ, ਲੇਕਿਨ ਹਾਕੀ ਸੀ ਸਾਡੀ ਨੈਸ਼ਨਲ ਗੇਮ ਤਾਂ ਪਤਾ ਨੀ, ਆਸਤਾ ਸੀ ਕਿ ਹੁਣ ਬਹੁਤ ਵਧੀਆ ਟੀਮ ਹੈ ਸਾਡੀ, ਪਰ ਆਸਟ੍ਰੇਲੀਆ ਚ ਪਹਿਲੇ 2 ਮੈਚਾਂ ਚ ਕੋਈ ਜ਼ਿਆਦਾ ਵਧੀਆ ਨਹੀਂ ਕਰ ਸਕੀ। ਆਸਟ੍ਰੇਲੀਆ ਦੇ ਵਿੱਚ ਜਿਹੜਾ ਦੂਜਾ ਮੈਚ ਹੋਇਆ ਉਹਦੇ ਚ ਹਾਲਾਂਕਿ ਭਾਰਤ ਲੀਡ ਵੀ ਕਰ ਗਿਆ ਸੀ 2-1 ਨਾਲ, ਲੇਕਿਨ ਹਾਰ ਹੋਈ ਭਾਰਤ ਨੂੰ,
ਪਰ ਪਹਿਲਾਂ ਵਰਗੀ ਜਿਹੜੇ ਪਹਿਲੇ ਮੈਚ ਵਾਲੀ ਹਾਰ ਨਹੀਂ ਹੋਈ ਉਹ ਤਾਂ ਪੰਜ ਵਾਲੀ ਹਾਰ ਸੀ ਇਹ ਤਾਂ 4-2 ਤੇ ਜਿਹੜਾ ਹੈ ਹਾਰਿਆ ਦੂਜੇ ਮੈਚ ਇੰਡੀਆ ਤੇ ਆਈਪੀਐਲ ਚੱਲ ਰਿਹਾ ਆਈਪੀਐਲ ਚ ਮੁੰਬਈ ਇੰਡੀਅਨਸ ਦੀ ਜਿੱਤ ਹੋਈ ਹੈ ਕੱਲ ਪਹਿਲੀ ਜਿੱਤ ਜਿਹਨੂੰ ਕਹਿ ਸਕਦੇ ਹਾਂ ਦਿੱਲੀ ਨੂੰ ਹਰਾਇਆ ਉਸਨੇ ਤੇ ਉਹਦੇ ਚ ਬਾਕੀ ਦੂਜਾ ਮੈਚ ਵੀ ਸੀ ਉਹਦੇ ਚ ਲਖਨਊ ਨੇ ਗੁਜਰਾਤ ਨੂੰ 23 ਦੌੜਾਂ ਨਾਲ ਹਰਾਇਆ ਇਹਨਾਂ ਨੇ 28 ਦੌੜਾਂ ਨਾਲ ਦਿੱਲੀ ਨੂੰ ਹਰਾਇਆ ਸੀ ਕਰੇ ਵਧੀਆ ਚੱਲ ਰਿਹਾ ਅੱਜ ਵੀ ਮੈਚ ਹੋਣੇ ਨੇ ਜਿਹੜੇ ਅੱਜ ਚੇਨਈ ਸੁਪਰ ਕਿੰਗਸ ਦਾ ਮੈਚ ਹੈ ਕੋਲਕਾਤਾ ਨਾਈਟ ਰਾਈਡਰਸ ਨਾਲ ਫਿਰ ਹੁਣ ਆਪਾਂ ਪੋਲੀਟੀਕਲ ਖਬਰਾਂ ਇੱਕ ਦੋ ਲੈ ਲਈਏ ਮੈਂ ਪ੍ਰਸ਼ਾਂਤ ਕਿਸ਼ੋਰ ਦੀ ਤੁਹਾਨੂੰ ਦੱਸੀ ਸੀ ਤੇ ਪ੍ਰਸ਼ਾਂਤ ਕਿਸ਼ੋਰ ਨੇ ਪਹਿਲੀ ਵਾਰ ਮੋਦੀ ਸਾਹਿਬ ਰਣਨੀਤੀਕਾਰ ਹੈ ਔਰ ਮੋਦੀ ਸਾਹਿਬ ਨੂੰ ਜਿਤਾਉਣ ਲਈ ਨਿਤੀਸ਼ ਕੁਮਾਰ ਦੇ ਨਾਲ ਫਿਰ ਆਪਦੀ ਪਾਰਟੀ ਬਣਾਉਣ ਲਈ ਇਹਦਾ ਵਾਹਵਾ ਜਿਹੜਾ ਹੈ ਸਿਆਸੀ ਰਣਨੀਤੀਕਾਰ ਦਾ ਨਾਮ ਹੈ ਤੇ ਉਹਨੂੰ ਇੰਟਰਵਿਊ ਕੀਤਾ ਗਿਆ ਤੇ ਰਾਹੁਲ ਗਾਂਧੀ ਬਾਰੇ ਸਵਾਲ ਕੀਤੇ ਗਏ ਤੇ ਰਾਹੁਲ ਗਾਂਧੀ ਦੇ ਤੇ ਅੱਜ ਦੀ ਜਿਹੜੀ ਇਲੈਕਸ਼ਨ ਬਾਰੇ ਦਾ ਇਹ ਕਹਿਣਾ ਹੈ ਕਿ ਮੋਦੀ ਸਾਹਿਬ ਜਿੱਤ ਸਕਦੇ ਨੇ ਇਸ ਇਲੈਕਸ਼ਨ ਲੇਕਿਨ 400 ਜਿਹੜੇ ਕਹਿੰਦੇ ਨੇ ਉਹ ਨਹੀਂ 300 ਦੇ ਜਿਹੜੇ ਉਹਨੇ ਦਿੱਤੇ ਇਸ ਵਾਰ ਦਾ ਅਨੈਲਿਸਿਸ ਇਹ ਕਹਿੰਦਾ ਲੇਕਿਨ ਜਿਹੜੀ ਮੇਨ ਗੱਲ ਰਾਹੁਲ ਗਾਂਧੀ ਬਾਰੇ ਕਹਿੰਦਾ ਉਹ ਤੋਂ ਇਹ ਲੱਗਦਾ ਕਿ ਜੇ ਹਾਰਦੇ ਨੇ ਨਾ ਹੁਣ ਤਾਂ ਰਾਹੁਲ ਗਾਂਧੀ ਨੂੰ ਸਲਾਹ ਦਿੰਦਾ ਕਹਿੰਦੇ ਮੈਂ ਕਿ ਤੁਸੀਂ ਫਿਰ ਬ੍ਰੇਕ ਲਾਓ ਇਹ ਉਹਨੇ ਕਿਹਾ ਫਿਰ ਉਹਦੇ ਬਾਰੇ ਹੋਰ ਕਈ ਗੱਲਾਂ ਕਹੀਆਂ ਕਹਿੰਦੇ ਜਿਹੜੀ ਰਾਹੁਲ ਗਾਂਧੀ ਬਾਇਨਾਰ ਤੋਂ ਜਿੱਤ ਜਾਣਗੇ ਅਮੇਠੀ ਤੋਂ ਖੜਦੇ ਜਾਂ ਸ਼ਹੀਦੀ ਬੈਲਟ ਤੋਂ ਖੜਦੇ ਤਾਂ ਇਹ ਵਧੀਆ ਮੈਸੇਜ ਜਾਣਾ ਸੀ ਫਿਰ ਉਹ ਕਹਿੰਦੇ ਵੀ ਰਾਹੁਲ ਗਾਂਧੀ ਹੁਣ ਇਸ ਤਰ੍ਹਾਂ ਦਾ ਹੈ ਕਿ ਉਹ ਸਮਝਦਾ ਕਿ ਮੈਨੂੰ ਸਭ ਕੁਛ ਆਉਂਦਾ ਸਭ ਪਤਾ ਮੈਨੂੰ ਮੈਂ ਸਭ ਜਾਣਦਾ ਵੈਸੇ ਪ੍ਰਸ਼ਾਂਤ ਕਿਸ਼ੋਰ ਵੀ ਤਾਂ ਉਹਨਾਂ ਚ ਸਾਰੇ ਲੋਕ ਇਸੇ ਸੋਚਦੇ ਹੁੰਦੇ ਨੇ ਫਿਰ ਕਹਿੰਦੇ ਵੀ ਇਹਦੀ ਜਿੱਦ ਜਿਹੜੀ ਹੈ ਉਹ ਕਾਂਗਰਸ ਨੂੰ ਬਹੁਤ ਨੁਕਸਾਨ ਕਰ ਰਹੀ ਹੈ ਹਾਲਾਂਕਿ ਕੋਈ ਇੱਡੀ ਜਿੱਦ ਨਹੀਂ ਲੱਗਿਆ ਹੋਇਆ ਚਲੋ ਉਹਦਾ ਪ੍ਰਸ਼ਾਂਤ ਕਿਸ਼ੋਰ ਦਾ ਕਹਿ ਰਿਹਾ ਤੇ ਉਹ ਕਹਿੰਦੇ ਫਿਰ ਜਦੋਂ ਹਾਰ ਜਾਂਦੇ ਨੇ ਮੀਡੀਆ ਦੇ ਸਵਾਲ ਚੱਕਦੇ ਨੇ ਕਈ ਵਾਰੀ ਚੋਣ ਕਮਿਸ਼ਨ ਦੇ ਕਈ ਵਾਰੀ ਈਵੀਐਮ ਤੇ ਬੰਦ ਕਰ ਦੇਣਾ ਚਾਹੀਦਾ ਤੇ ਵੈਸੇ ਕਹਿੰਦੇ ਮੋਦੀ ਦੀ ਜਿੱਤ ਦੇ ਵਿੱਚ ਵਿਰੋਧੀ ਧਿਰਾਂ ਦੀ ਜਿਹੜੀ ਵੱਡੀ ਭੂਮਿਕਾ ਉਹਨਾਂ ਦੀ ਜਿਹੜੀ ਰਣਨੀਤੀ ਜ਼ਿਆਦਾ ਵਧੀਆ ਨਹੀਂ ਉਹਦੇ ਕਾਰਨ ਖੈਰ ਹੁਣ ਆਪਾਂ ਪਟਿਆਲੇ ਦੀਆਂ ਜਾਂ ਪੰਜਾਬ ਦੀਆਂ ਖਬਰਾਂ ਦੀ ਗੱਲ ਕਰੀਏ ਪਟਿਆਲੇ 'ਚ ਬੜੀ ਚਰਚਾ ਡਾਕਟਰ ਧਰਮਵੀਰ ਗਾਂਧੀ ਦੀ ਸੀ ਪਰ ਹਾਲਾਂਕਿ ਉਹਨਾਂ ਨੇ ਸਰਗਰਮੀ ਵੀ ਸ਼ੁਰੂ ਕਰਤੀ ਹੈ ਪਰ ਹੁਣ ਪਤਾ ਲੱਗਿਆ ਕਿ ਹਰਦਿਆਲ ਪਿੰਬੋ ਤੇ ਜਿਹੜੇ ਉਹਦੇ ਸਾਥੀ ਜਿਨ੍ਹਾਂ ਨੇ ਦੇਖੋ ਮੈਂ ਤੁਹਾਨੂੰ ਦੱਸਿਆ ਲਾਲ ਸਿੰਘ ਮਦਨ ਲਾਲ ਜਲਾਲਪੁਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇਕੱਠੇ ਵੀ ਨੇ ਜਿਹੜੀ ਕੋਈ ਇੱਕੋ ਹੀ ਭਾਈਚਾਰਾ ਹੈ ਤੇ ਇਹ ਲਾਲ ਸਿੰਘ ਤਾਂ 6 ਵਾਰ ਜਿਹੜਾ ਉਹ MLA ਰਿਹਾ ਸਭ ਤੋਂ ਸੀਨੀਅਰ ਬੰਦਿਆਂ ਚੋਂ ਹੈ ਉਹ ਵਿਰੋਧ ਕਰ ਰਹੇ ਨੇ ਧਰਮਵੀਰ ਗਾਂਧੀ ਦਾ ਲੇਕਿਨ ਦੂਜੇ ਪਾਸੇ ਇਹ ਵੀ ਹੈ ਕਿ ਹਰਦਿਆਲ ਕੰਬੋਰ ਦਾ ਇਹ ਵੀ ਲੋਕਾਂ ਨੂੰ ਪਤਾ ਹੈ ਕਿ ਬਹੁਤ ਕਰੀਬੀ ਸੀ ਇਹ ਪੈਲਸ ਦੇ ਬਣੇ ਪ੍ਰਦੀਪ ਕੌਰ ਤੇ ਜੇ ਮਤਲਬ ਜਿਸ ਤਰ੍ਹਾਂ ਹੁਣ ਵਿਰੋਧ ਹੈ ਈਵਨ ਲੋਕ ਤਾਂ ਕਹਿੰਦੇ ਜੇ ਕੰਬੋਰ ਨੂੰ ਟਿਕਟ ਮਿਲ ਗਈ ਤਾਂ ਵੀ ਫਰੈਂਡਲੀ ਮੈਚ ਹੋਊਗਾ ਲੇਕਿਨ ਜੇ ਗਾਂਧੀ ਨੂੰ ਟਿਕਟ ਮਿਲਦੀ ਹੈ ਤਾਂ ਇਹ ਉੱਧਰ ਵੀ ਜਾ ਸਕਦੇ ਨੇ ਦੇਖੋ ਅੱਜ ਕੱਲ੍ਹ ਤਾਂ ਕੁਛ ਵੀ ਹੋ ਸਕਦਾ ਖੈਰ ਹੁਣ ਖਹਿਰਾ ਸਾਹਿਬ ਨੂੰ ਪੁੱਛਿਆ ਖਹਿਰਾ ਸਾਹਿਬ ਕਹਿੰਦੇ ਜੀ ਮੈਂ ਤਾਂ ਜਿਹੜਾ ਸੰਗਰੂਰ ਤੋਂ ਚੋਣ ਲੜ ਸਕਦਾ ਜੇ ਪਾਰਟੀ ਮੈਨੂੰ ਹੁਕਮ ਕਰੂਗੀ ਕਹਿਣਾ ਤਾਂ ਇਹੀ ਹੁੰਦਾ ਲੇਕਿਨ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਲੱਗਦਾ ਜਿਹੜੀ ਇਨਡਾਇਰੈਕਟਲੀ ਸਮਝੋ ਵੀ ਇਸ਼ਾਰਾ ਹੋ ਗਿਆ ਹੋ ਸਕਦਾ ਇਸ਼ਾਰਾ ਹੋ ਗਿਆ ਹੋਵੇ ਇਹ ਵੀ ਗੱਲ ਚੱਲਦੀ ਹੈ ਬਾਕੀ ਸਿਆਸੀ ਤੌਰ 'ਤੇ ਤਾਂ ਹਰ ਰੋਜ਼ ਕੋਈ ਨਵੀਆਂ ਖਬਰਾਂ ਹੁਣ ਭਾਜਪਾ ਨੇ ਇੱਕ ਨਵਾਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਸ਼ਰਾਬ ਤੋਂ ਸ਼ੀਸ਼ ਮਹਿਲ ਤੱਕ ਕੇਜਰੀਵਾਲ ਸਾਹਿਬ ਦੇ ਖਿਲਾਫ਼ ਜਾਣੀ ਕਿ ਉਹ ਕਹਿੰਦੇ ਸ਼ੀਸ਼ ਮਹਿਲ ਬਣਾਏ ਨੇ ਤੇ ਜਿਹੜਾ ਮੈਂ ਕਿਹਾ ਸੀ ਤਿਹਾੜ ਜਾਂ ਭਾਜਪਾ ਉਹ ਹੁਣ ਇਹਨਾਂ ਨੇ ਮਮਤਾ ਬੈਨਰਜੀ ਨੇ ਕਹਿਤਾ ਕਹਿੰਦੇ ਵੀ ਜਿਹੜੀਆਂ ਏਜੰਸੀਆਂ ਨੇ ਮੋਦੀ ਸਾਹਿਬ ਦੀਆਂ ਇਹ ਸਾਡੇ ਬੰਦਿਆਂ ਤੇ TMC ਤੇ ਦਬਾਅ ਪਾ ਰਹੀਆਂ ਨੇ ਕਿ ਤੁਸੀਂ ਛੱਡੋ ਤੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਕੈਨੇਡਾ ਨੇ ਕਿਹਾ ਸੀ ਕਿ ਭਾਰਤ ਜਿਹੜਾ ਦਖਲਅੰਦਾਜ਼ੀ ਕਰ ਰਿਹਾ ਪਰ ਭਾਰਤ ਨੇ ਕਿਹਾ ਜੀ ਅਸੀਂ ਦੂਜੇ ਦੇਸ਼ਾਂ ਦੇ ਲੋਕਤੰਤਰ ਅਮਲਾਂ 'ਚ ਕਦੇ ਦਖਲ ਨਹੀਂ ਦਿੰਦੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਪਰ ਹੁਣ ਵਕਤ ਇਹ ਕਹਿੰਦਾ ਤੁਹਾਨੂੰ ਅੱਗੇ ਲਈਏ ਅੱਗੇ ਲੈਂਦੇ ਹਾਂ
कल मिलते हैं सवेरे 8:40 खबर ते नजर रजेंद्र वालिया शो दे विच। थोड़ा बहुत बहुत शुक्रिया।